ਤੇ ਤੰਦਾਂ ਸਾ ਬਹਾੜੀ ਵਿੱਚ ਵਟ ਕੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ਪੱਗ ਚੱਗਾ ਚਾਦਰਾਂ ਨਵਾਂ ਸਵਾਏ ਕੇ ਸੱਮਾ ਵਾਲੀ ਡਾਂਗੇ ਉੱਤੇ ਤੇਲ ਲਾਏ ਕੇ ਕੱਚੇ ਮਾਰ ਵੰਜਲੀ ਆਨੰਦ ਛਾ ਗਿਆ ਕੱਚੇ ਮਾਰ ਵੰਜਲੀ ਆਨੰਦ ਛਾ ਗਿਆ ਮਾਰਦਾ ਦਮਾਮੇ ਜੱਟ ਮੇਲ ਆ ਗਿਆ ਮਾਰਦਾ ਦਮਾਮੇ ਜੱਟ ਮੇਲ ਆ ਗਿਆ ਸਵਾਗਤ ਦੀਦੀ ਪੰਜਾਬੀ ਦੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਜੀ ਆਇਆਂ ਕਹਨੀ ਆ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡੀ ਆਪਣੀ ਮੇਜ਼ਬਾਨ ਨਵਜੋਤ कौर ਤੇ ਇਸ ਟੀਮ ਵੱਲੋਂ ਸਜਰੀ ਸਵੇਰ ਦੀ ਟੀਮ ਵੱਲੋਂ ਦੂਰਦਰਸ਼ਨ ਦੇ ਵੱਲੋਂ ਸਮੁੱਚੀ ਕਾਇਨਾਤ ਦੇ ਵੱਲੋਂ ਆਪ ਸਭ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਇਹ ਉਹ ਮੁਕੱਦਸ ਦਿਹਾੜਾ ਹੈ ਜਿਹਦੀ ਸਭ ਨੂੰ ਬੜੀ ਦੇਰ ਪਹਿਲਾਂ ਤੋਂ ਹੀ ਉਡੀਕ ਰਹਿੰਦੀ ਹੈ ਕੋਈ ਵੀ ਤਿਉਹਾਰ ਲਾ ਲਓ ਤੁਹਾਡੇ ਮਨਾਂ ਦੇ ਅੰਦਰ ਇੱਕ ਚੇਚਾ ਚਾ ਚੜ ਜਾਂਦਾ ਹੈ ਤਾਨੂੰ ਉਡੀਕ ਹੁੰਦੀ ਐ ਉਸ ਦਿਨ ਦੇ ਆਉਣ ਦੀ ਉਸ ਤੋਂ ਕਿੰਨੇ ਦਿਨ ਪਹਿਲਾਂ ਹੀ ਤੁਸੀਂ ਤਿਆਰੀਆਂ ਸ਼ੁਰੂ ਕਰ ਦਿੰਦੇ ਹੋ ਅੱਜ ਦੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਵਿਸਥਾਰ ਚ ਚਰਚਾ ਕਰਾਂਗੇ ਵਿਸਾਖੀ ਦੇ ਇਸ ਪਵਿੱਤਰ ਦਿਹਾੜੇ ਦੀ ਤੇ ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਬੜੀ ਮਾਇਨਾਜ਼ ਹਸਤੀ ਸਾਡੀ ਐਸਵੀਲ ਸਟੂਡੀਓ ਦੇ ਵਿੱਚ ਤਸ਼ੀਫ ਫਰਮਾਨ ਹੈ ਤੁਹਾਨੂੰ ਜਾਣੂ ਕਰਾਉਣੀ ਹੈ ਜੀ ਉਹਨਾਂ ਦੇ ਨਾਲ ਪ੍ਰੋਫੈਸਰ ਗੁਰਚਰਨ ਸਿੰਘ ਸਰ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਔਰ ਸਭ ਤੋਂ ਪਹਿਲਾਂ ਤੁਹਾਨੂੰ ਵੀ ਵਿਸਾਖੀ ਦੀਆਂ ਅੱਜ ਦੇ ਇਸ ਪਵਿੱਤਰ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਸਤਿ ਸ੍ਰੀ ਅਕਾਲ ਨউজੂਦ ਜੀ ਔਰ ਬਹੁਤ-ਬਹੁਤ ਧੰਨਵਾਦ ਨਾਲ ਹੀ ਜੀ ਆਪ ਜੀ ਨੂੰ ਦੂਦਰਸ਼ਨ ਨਾਲ ਜੁੜੀ ਹਰ ਸ਼ਖਸੀਅਤ ਨੂੰ ਔਰ ਪ੍ਰੋਗਰਾਮ ਦੇਖ ਰਹੇ ਦੇਸ਼-ਵਦੇਸ਼ਾਂ ਦੇ ਹਰ ਸ਼ਖਸ ਨੂੰ ਮੇਰੇ ਵੱਲੋਂ ਇਸ ਪਵਿੱਤਰ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ ਵੈਗਰੂ ਕਰੀਏ ਪੂਰੀ ਦੁਨੀਆ ਵਿੱਚ ਅਮਨ ਚੈਨ ਸ਼ਾਂਤੀ ਤੇ ਸੁਖ ਬਣਿਆ ਰਹੇ ਇਹ ਹੀ ਅਰਦਾਸ ਕਰਦੇ ਹਾਂ ਇਸ ਮੌਕੇ ਤੇ ਜੀ ਬਸਾਖੀ ਜਦੋਂ ਮਨ ਦੇ ਵਿੱਚ ਨਾ ਇਹ ਅਸੀਂ ਸ਼ਬਦ ਹੀ ਬੋਲਦੇ ਆ ਨਾ ਤੇ ਮਨ ਨੂੰ ਨਾ ਇੱਕ ਵੱਖਰੇ ਅੰਬਰੀ ਭੌਂਦੇ ਹੋਏ ਪੰਛੀ ਵਰਗੇ ਖੰਭ ਲੱਗ ਜਾਂਦੇ ਆ ਜੀ ਸੋ ਇਸ ਨਾਮ ਤੋਂ ਲੈ ਕੇ ਇਹਦੇ ਸੰਦਰਭ ਤੋਂ ਲੈ ਕੇ ਸਭ ਤੋਂ ਪਹਿਲਾਂ ਇਹ ਹੀ ਜਾਣਨਾ ਚਾਹੁੰਦੇ ਆ ਕਿ ਇਸ ਤਿਉਹਾਰ ਦਾ ਜਿਹੜਾ ਮਹੱਤਵ ਹੈ ਇਹ ਕਦੋਂ ਸ਼ੁਰੂ ਹੁੰਦਾ ਹੈ ਇਹਦੇ ਨਾਮ ਦੇ ਵਿੱਚ ਕਿਹੜੀ ਖਾਸ ਇੱਕ ਸਾਖੀ ਹੈ ਕਿਹੜਾ ਖਾਸ ਇਤਿਹਾਸ ਹੈ ਜੀ ਬਹੁਤ ਵਧੀਆ ਸਵਾਲ ਨੁਜੋਦ ਜੀ ਅ ਵੈਸੇ ਮੈ ਇਹ ਹੋਰ ਵੀ ਖੁਸ਼ੀ ਮਹਿਸੂਸ ਕਰ ਰਹਾ ਕਿ ਅੱਜ ਉਹਨਾਂ ਪਲਾਂ ਚ ਮੈਂ ਇਥੇ ਹਾਜ਼ਰੀ ਭਰ ਰਿਹਾ ਜਦੋਂ ਇਹਨਾਂ ਪਿਆਰਾ ਗੀਤ ਦੂਦਰਸ਼ਨ ਨੇ ਸਾਨੂੰ ਦਿੱਤਾ ਜੋ ਸਾਡੇ ਖੁਸ਼ੀਆਂ ਖੇੜਿਆਂ ਔਰ ਅਮਨ ਸ਼ਾਂਤੀ ਦੀ ਗੱਲ ਕਰ ਰਿਹਾ ਸੀ ਜੀ ਸੋ ਸਾਰਿਆਂ ਨੂੰ ਵਧਾਈ ਹੈ ਰਹੀ ਵਿਸਾਖੀ ਦੇ ਸੰਦਰਭ ਦੀ ਗੱਲ ਤਾਂ ਆਪਾਂ ਸਭ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛ ਲੈਨੇ ਆ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੋ ਰਾਗ ਰਾਗ ਮਾਝ ਅਤੇ ਰਾਗ ਤੁਖਾਰੀ ਵਿੱਚ ਗੁਰੂ ਸਾਹਿਬਾਨ ਨੇ ਵਿਸਾਖੀ ਦਾ ਜ਼ਿਕਰ ਕੀਤਾ ਜੀ ਔਰ ਦੋਨਾਂ ਵਿੱਚ ਹੀ ਮੈਂ ਦੇਖਦਾ ਕਮਾਲ ਦੀ ਗੱਲ ਕੀਤੀ ਵਿਸਾਖੀ ਬਾਰੇ ਪਹਿਲਾ ਜੋ ਸ਼ਬਦ ਹੈ ਰਾਗ ਮਾਝ ਦਾ ਉਹਦੇ ਵਿੱਚ ਸਤਿਗੁਰ ਜੀ ਵਿਸਾਖੀ ਦਾ ਜ਼ਿਕਰ ਕਰਦੇ ਆ ਲਿਖਦੇ ਕਿ ਵਿਸਾਖ ਧੀਰਨ ਕਿਉਂ ਵੜਨੀ ਆ ਜਿਨਾ ਪ੍ਰੇਮ ਵਿਸ਼ੋ ਔਰ ਰਾਗ ਤੁਖਾਰੀ ਦੇ ਵਿੱਚ ਗੁਰੂ ਸਾਹਿਬ ਵਿਸਾਖੀ ਦਾ ਜ਼ਿਕਰ ਕਰਦੇ ਆ ਕਹਿੰਦੇ ਕਿ ਵਿਸਾਖ ਪਲਾ ਸਾਖਾ ਵੇਸ ਕਰੇ ਜੀ ਹੁਣ ਇੱਕ ਪਾਸੇ ਰਾਗ ਮਾਝ ਦੇ ਵਿੱਚ ਸਤਿਗੁਰ ਜੀ ਉਨ੍ਹਾਂ ਰੂਹਾਂ ਦੀ ਗੱਲ ਕਰਦੇ ਜੋ ਸਤਗੁਰ ਜੀ ਦੇ ਚਰਨਾਂ ਤੋਂ ਵਿਛੜੀਆਂ ਹੋਈਆਂ ਵੈਸਾਖ ਨੂੰ ਕਿਸ ਤਰ੍ਹਾਂ ਬਿਆਨ ਕਰ ਰਹੇ ਨੇ ਵਾਂਡਿਆ ਇਹ ਸ਼ਬਦ ਨੂੰ ਅਸੀਂ ਫਸਲ ਦੇ ਵੱਢਣ ਤੋਂ ਲੈਂਦੇ ਆ ਵੱਡੀ ਹੋਈ ਫਸਲ ਨੂੰ ਅਸੀਂ ਵੱਡੀ ਕਹਿੰਦੇ ਆ ਜੀ ਜੀ ਔਰ ਇਹ ਤੋਂ ਅਸੀਂ ਵਾਂਡਾ ਵੱਡੀ ਤੋਂ ਵਾਂਡਾ ਸ਼ਬਦ ਵੀ ਲੈਂਦੇ ਆ ਵਾਂਡਾ ਕੀ ਹੁੰਦਾ ਉਪਰੀ ਥਾਂ ਜੀ ਜੋ ਆਪਣੇ ਅਸਲੇ ਤੋਂ ਟੁੱਟੇ ਹੋਏ ਲੋਕ ਹੋਣ ਜੋ ਆਪਣੀ ਜੜ ਤੋਂ ਆਪਣੇ ਮੂਲ ਤੋਂ ਟੁੱਟੇ ਹੋਏ ਲੋਕ ਹੋਣ ਉਹ ਕਿਸੇ ਵੀ ਤਰ੍ਹਾਂ ਤਿਰਜ ਨਹੀਂ ਬਣ ਸਕਦੇ ਉਹਨਾਂ ਦੇ ਮਨ ਨੂੰ ਟਿਕਾਉ ਕਦੇ ਵੀ ਨਹੀਂ ਆ ਸਕਦਾ ਸਤਿਗੁਰ ਜੀ ਇਹ ਕਹਿ ਰਹੇ ਨੇ ਔਰ ਦੂਸਰੇ ਪਾਸੇ ਰਾਜ ਤਖਾਰੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵਿਸਾਖ ਪਲਾ ਸਾਖ ਆਬੀਸ ਕਰੇ ਉਥੇ ਵਸਲ ਦੀ ਗੱਲ ਕੀਤੀ ਹੈ ਜੀ ਕਿ ਜਦੋਂ ਨਿੱਕੀਆਂ ਨਿੱਕੀਆਂ ਕਰੁੰਬਲਾ ਫੁੱਟਦੀਆਂ ਕਿਸੇ ਰੁੱਖ ਦੀ ਡਾਲ ਉਤੇ ਤੋਂ ਬੜਾ ਹਰਾ ਭਰਾ ਬੜਾ ਸੋਹਣਾ ਸਾਨੂੰ ਲੱਗਦਾ ਹੈ ਜੀ ਇੱਕ ਪਾਸੇ ਵਸਲ ਦੀ ਗੱਲ ਹੈ ਇੱਕ ਪਾਸੇ ਫਸਲ ਦੀ ਗੱਲ ਹੈ ਜੀ ਤੇ ਦੋਨੋਂ ਸ਼ਬਦ ਦੀ ਨਵਜੋਤ ਜੀ ਅਰਬੀ ਭਾਸ਼ਾ ਦੇ ਸ਼ਬਦ ਹੈ ਜੀ ਜੀ ਔਰ ਇਹ ਸਤਗੁਰਾਂ ਨੇ ਜਦੋਂ ਵਿਸਾਖ ਦਾ ਜ਼ਿਕਰ ਕੀਤਾ ਤੇ ਮੈਂ ਇਹ ਦੇਖਦਾ ਕਿ ਵਸਾਖ ਸ਼ਬਦ ਤਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਤੋਂ ਪਹਿਲਾਂ ਮੌਜੂਦ ਸੀ ਇਸ ਧਰਤੀ ਤੇ ਜੀ ਤਾਂ ਖੋਜ ਵਿੱਚ ਇਹ ਸਪਸ਼ਟ ਹੁੰਦਾ ਹੈ ਕਿ ਕੋਈ 5000 ਸਾਲ ਪਹਿਲਾਂ ਜਦੋਂ ਖਗੋਲ ਸ਼ਾਸਤਰੀ ਸਾਡੇ ਕੋਜ਼ ਕਰ ਰਹੀ ਸੀ ਤਾਂ ਇਹ ਪਤਾ ਲੱਗਿਆ ਕਿ ਜਿਸ ਤਰ੍ਹਾਂ ਸਾਡੀ ਧਰਤੀ ਸੂਰਜ ਦੇ ਦਵਾਲੇ ਚੱਕਰ ਲਾਉਂਦੀ ਹੈ ਜੀ ਇਸੇ ਤਰ੍ਹਾਂ ਚੰਦ ਧਰਤੀ ਦੇ ਦਵਾਲੇ ਚੱਕਰ ਲਾਉਂਦਾ ਹੈ ਜੀ ਜਦੋਂ ਚੰਦ ਧਰਤੀ ਦੇ ਦਵਾਲੇ ਚੱਕਰ ਲਾ ਰਿਹਾ ਹੁੰਦਾ ਹੈ ਜੀ ਤਾਂ ਬਹੁਤ ਸਾਰੇ ਨਿਸ਼ੱਤਰਾ ਜੋ ਲੰਘਦਾ ਉਹ ਜਿਹੜੇ ਵੀ ਨਿਸ਼ੱਤਰ ਵਿੱਚੋਂ ਚੰਦ ਲੰਘਦਾ ਹੈ ਜੀ ਤਾਂ ਉਸ ਸਮੇਂ ਦੀ ਜਿਹੜੀ ਪੂਰਨਮਾ ਜਿਹੜੇ ਨਿਸ਼ੱਤਰ ਚੋਂ ਲੰਘ ਰਹੀ ਹੁੰਦੀ ਹੈ ਉਸ ਨਾਮ ਤੇ ਹੀ ਮਹੀਨੇ ਦਾ ਨਾਮ ਰੱਖਿਆ ਜਾਂਦਾ ਹੈ ਜੀ ਇਸੇ ਤਰ੍ਹਾਂ ਜਦੋਂ ਚੰਦ ਵੈਸਾਖਾ ਨਿਸ਼ਾਤਰ ਦੇ ਵਿੱਚੋਂ ਲੰਘ ਰਿਹਾ ਹੁੰਦਾ ਹੈ ਤਾਂ ਉਹ ਪੂਰਨਮਾ ਉਸ ਸਮੇਂ ਦੇ ਵਿੱਚ ਜੋ ਟਿਕਾਉ ਕਰਦੀ ਤਾਂ ਉਸ ਮਹੀਨੇ ਦਾ ਨਾਮ ਵਿਸਾਖ ਰੱਖਿਆ ਜਾਂਦਾ ਹੈ ਇਥੋਂ ਹੀ ਇਸ ਮਹੀਨੇ ਦਾ ਨਾਮ ਨਿਸ਼ਾਤਰ ਦੇ ਨਾਮ ਤੇ ਵਿਸਾਖ ਸ਼ਬਦ ਹੋਇਆ ਜਿਸ ਨੂੰ ਅਸੀਂ ਤਿਉਹਾਰ ਦੇ ਤੌਰ ਤੇ ਵਿਸਾਖੀ ਕਰਕੇ ਮਨਾਉਂਦੇ ਆ ਇਹ ਇਸ ਦਾ ਸੰਦਰਭ ਹੈ ਜੀ ਜੀ ਕਿੰਨਾ ਖੂਬਸੂਰਤ ਸੰਦਰਭ ਹੈ ਦਾ ਜੀ ਔਰ ਇਹ ਸ਼ਬਦ ਆਪਣੇ ਆਪ ਦੇ ਵਿੱਚ ਨਾ ਇੱਕ ਖਿੜਾ ਦਾ ਜੀ ਫਿਰ ਆਪਣੇ ਆਲੇ ਦਿਵਾਲੇ ਦੇ ਮਹਿਕਣ ਦਾ ਜੀ ਆਪਣੇ ਆਲੇ ਦੁਆਲੇ ਜੋ ਹੋਣਾ ਹੈ ਜੋ ਵਾਪਰਨਾ ਹੈ ਉਹਦਾ ਸਾਨੂੰ ਪਹਿਲਾਂ ਸੰਕੇਤ ਦੇ ਦਿੰਦਾ ਹੈ ਬਿਲਕੁਲ ਇਹ ਫਸਲ ਦੇ ਨਾਲ ਜੁੜਿਆ ਹੈ ਇਹ ਹੋਰ ਸਾਡੇ ਕਈ ਪਹਿਲੂ ਨੇ ਉਹਨਾਂ ਦੇ ਨਾਲ ਜੁੜਿਆ ਹੈ ਇਹ ਇੱਕ ਅਜੀਹਾ ਤਿਉਹਾਰ ਹੈ ਜਿਹਨੂੰ ਹਰ ਵਰਗ ਨੇ ਕਿਸੇ ਨਾ ਕਿਸੇ ਸਰੂਪ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੇ ਨੇੜੇ ਰੱਖਿਆ ਰੱਖਿਆ ਬਿਲਕੁਲ ਠੀਕ ਸੋ ਸਿੱਖ ਇਤਿਹਾਸ ਦੇ ਵਿੱਚ ਇਹਦਾ ਇੱਕ ਵੱਖਰਾ ਮਹੱਤਵ ਹੈ ਇੱਕ ਖਾਸ ਭੂਮਿਕਾ ਹੈ ਸੋ ਉਹਦੇ ਬਾਰੇ ਵੀ ਮੈਂ ਤੁਹਾਡੇ ਕੋਲੋਂ ਜਾਨਣਾ ਚਾਹੁੰਦੀ ਹਾਂ ਜੀ ਨউজ ਉਸ ਜੀ ਸਿੱਖ ਇਤਿਹਾਸ ਦੇ ਵਿੱਚ ਇਸ ਦਿਨ ਤੇ ਜੋ ਇੱਕ ਮਹਾਨ ਘਟਨਾ ਵਾਪਰੀ ਸੀ ਜਿਸ ਵਰਗੀ ਘਟਨਾ ਸੰਸਾਰ ਚ ਨਾ ਕਿਤੇ ਪਹਿਲਾਂ ਵਾਪਰੀ ਤੇ ਨਾ ਸ਼ਾਇਦ ਕਿਤੇ ਬਾਅਦ ਵਿੱਚ ਹੋਣੀ ਹੈ ਪੂਰਾ ਵਿਸ਼ੂ ਜਦੋਂ ਹਰ ਤਰ੍ਹਾਂ ਦੇ ਜ਼ੁਲਮ ਤੋਂ ਤੰਗ ਹੋ ਜਾਂਦਾ ਹੈ ਜੀ ਤਾਂ ਉਸ ਦੇ ਖਿਲਾਫ ਆਵਾਜ਼ ਕਿਸ ਤਰ੍ਹਾਂ ਉਠਾਉਣੀ ਹੈ ਉਸ ਦੇ ਖਿਲਾਫ ਤਿਆਰੀ ਕਿਸ ਤਰ੍ਹਾਂ ਕਰਨੀ ਹੈ ਜੀ ਇਹ ਤੁਹਾਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਨੇ ਜ਼ਬਰ ਦੇ ਖਿਲਾਫ ਆਵਾਜ਼ ਉਠਾਈ ਔਰ ਪੂਰੇ 250 ਸਾਲ 10 ਜਮਿਆਂ ਦੇ ਵਿੱਚੋਂ ਵਿਚਰਦਿਆਂ ਹੋਇਆਂ ਉਸ ਆਵਾਜ਼ ਨੂੰ ਬੁਲੰਦ ਕਰਦਿਆਂ ਹੋਇਆਂ ਔਰ ਆਪਣੇ ਪੈਰੋਕਾਰਾਂ ਨੂੰ ਆਪਣੇ ਉਹ ਨਿਆਈਆਂ ਨੂੰ ਉਹਦੇ ਵਾਸਤੇ ਤਿਆਰ ਕਰਦਿਆਂ ਹੋਇਆਂ ਜੋ ਦੇਖਿਆ ਕਿ 10ਵੇਂ ਜਮੇ ਵਿੱਚ ਆ ਕੇ ਜੀ ਪੂਰੇ 250 ਸਾਲ ਬਾਅਦ ਅਸੀਂ ਉਸ ਟੀਲੇ ਤਿਆਰ ਹੋ ਗਏ ਜੋ ਸਤਗੁਰੂ ਜੀ ਸਾਥੋਂ ਚਾਹੁੰਦੇ ਸੀ ਕਿ ਸੰਤ ਨੂੰ ਸਪਾਹੀ ਦਾ ਰੂਪ ਕਿਵੇਂ ਦੇਣਾ ਹੈ ਜੀ ਤਾਂ 1699 ਦੀ ਵਿਸਾਖੀ ਦਾ ਉਹ ਪਵਿੱਤਰ ਦਿਨ ਜਦੋਂ ਸਤਗੁਰਾਂ ਨੂੰ ਲੱਗਿਆ ਕਿ ਹੁਣ 2.5 ਸਾਲ ਸਵਾਲ ਦਾ ਸਫਰ ਕਰਦਾ ਕਰਦਾ ਸਾਡਾ ਜਿਹੜਾ ਪੈਰੋਕਾਰ ਸੀ ਸਾਡਾ ਨਿਆਂਈ ਸੀ ਇਸ ਸਟੇਜ ਤੱਕ ਪਹੁੰਚ ਚੁਕੇ ਨੇ ਕਿ ਅੱਜ ਜੋ ਜ਼ਬਰ ਦੇ ਖਿਲਾਫ ਮਾਲਾ ਦੇ ਨਾਲ ਨਾਲ ਕਿਰਪਾਨ ਵੀ ਉਠਾ ਸਕਦੇ ਨੇ ਤਾਂ ਉਹਨਾਂ ਨੇ ਇੱਕ ਐਸਾ ਕਾਰਨਾਮਾ ਕੀਤਾ ਜਿਸ ਵਰਗਾ ਕਾਰਨਾਮਾ ਵਿਸ਼ੇਚ ਨਹੀਂ ਮਿਲਦਾ ਉਹ ਕੀ ਸੀ ਖਾਲਸਾ ਪੰਥ ਦੀ ਸਾਜਣਾ 1699 ਦੀ ਵਿਸਾਖੀ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ શ્રી ਅਨੰਦਪੁਰ ਸਾਹਿਬ ਵਿਖੇ ਉਸ ਸਵੇਰ ਉਹ ਦਿਨ ਕਿਸੇ ਨੂੰ ਨਹੀਂ ਭੁੱਲ ਸਕਦਾ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਸਵੇਰ ਲੱਖਾਂ ਦੇ ਇਕੱਠ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੈਠੀ ਸੰਗਤ ਨੂੰ ਲਲਕਾਰ ਕੇ ਇੱਕ ਸੀਸ ਦੀ ਮੰਗ ਕੀਤੀ ਸੀ ਕਿਉਂ ਕਿ ਕਿਉਂਕਿ ਜੋ ਸੀਸ ਵਾਰ ਸਕਦਾ ਹੈ ਉਹੀ ਜ਼ੁਲਮ ਦੇ ਖਿਲਾਫ ਡੱਟ ਸਕਦਾ ਹੈ ਖੜ੍ਹ ਸਕਦਾ ਹੈ ਤਾਂ ਸਤਗੁਰਾਂ ਦੀ ਉਸ ਮੰਗ ਤੇ ਜੀ ਲਗਾਤਾਰ ਭਾਈ ਦਇਆ ਸਿੰਘ ਜੀ ਤੋਂ ਲੈ ਕੇ ਭਾਈ ਸਹਿਬ ਸਿੰਘ ਜੀ ਤੱਕ ਪੰਜ ਪਿਆਰਿਆਂ ਨੇ ਆਪਣਾ ਸੀਸ ਗੁਰੂ ਸਾਹਿਬ ਨੂੰ ਅਰਪਣ ਕੀਤਾ ਔਰ ਬੇਨਤੀ ਕੀਤੀ ਸਤਗੁਰੂ ਜੀ ਸੀਸ ਹਾਜ਼ਰ ਹੈ ਇਸ ਨੂੰ ਜਿੱਥੇ ਮਰਜੀ ਵਰਤ ਲਓ ਜੀ ਸਤਗੁਰਾਂ ਨੇ ਉਹ ਬੇਨਤੀ ਨੂੰ ਪ੍ਰਵਾਨ ਕਰਕੇ ਉਹਨਾਂ ਸਾਰਿਆਂ ਨੂੰ ਅੰਮ੍ਰਿਤ ਪਾਨ ਕਰਵਾ ਕੇ ਉਸ ਨੂੰ ਖਾਲਸਾ ਦਾ ਇੱਕ ਵੱਖਰਾ ਰੂਪ ਦਿੱਤਾ ਜਦੋਂ ਉਹ ਅੰਦਰ ਗਏ ਸੀ ਸਤਗੁਰਾਂ ਕੋਲੇ ਤਾਂ ਉਹਨਾਂ ਦਾ ਰੂਮ ਇੱਕ ਰੂਪ ਇੱਕ ਮਜ਼ਲੂਮ ਵਾਲਾ ਸੀ ਜਦੋਂ ਉਹ ਅੰਦਰੋਂ ਬਾਹਰ ਆਉਂਦੇ ਐ ਇੰਨੇ ਚਿਰ ਚ ਜੋ ਕਾਇਆ ਕਲਪ ਹੋਈ ਨਵਜੋਤ ਜੀ ਉਹ ਸੰਤ ਦੇ ਨਾਲ ਸਪੈਸ਼ ਦਾ ਰੂਪ ਧਾਰਨ ਕਰਕੇ ਇੱਕ ਬੱਬਰ ਸ਼ੇਰ ਦੇ ਰੂਪ ਚ ਸਾਹਮਣੇ ਖੜੇ ਸਨ ਤਾਂ ਸਤਗੁਰਾਂ ਨੇ ਇੱਕ ਹੋਰ ਕਲਾ ਉਸ ਦਿਨ ਵਰਤੀ ਨਵਜੋਤ ਜੀ ਜੋ ਦੇਖਣ ਵਾਲੀ ਹੈ ਦੁਨੀਆ ਵਿੱਚ ਇਹ ਕਰਨਮਾ ਵੀ ਕਦੇ ਨਹੀਂ ਸੀ ਹੋਇਆ ਜੋ ਗੁਰੂ ਸੀ ਉਹ ਗੁਰੂ ਹੀ ਰਿਹਾ ਜੋ ਚੇਲਾ ਸੀ ਉਹ ਚੇਲਾ ਹੀ ਰਿਹਾ ਪਰ ਉਸ ਦਿਨ ਇੱਕ ਅਹਿਮ ਮਹਾਨ ਕਰਨਾ ਵਾਪਰੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪਣੇ ਸਿੱਖਾਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਸਤਿਗੁਰਾਂ ਨੇ ਖੁਦ ਮੰਗ ਕੀਤੀ ਖਾਲਸਾ ਜੀ ਜੀ ਦਾਸ ਨੂੰ ਵੀ ਅੰਮ੍ਰਿਤ ਦੀ ਪਹਲ ਦੇ ਕੇ ਖਾਲਸਾ ਸਜਾਓ ਔਰ ਕਮਾਲ ਦੀ ਗੱਲ ਹੈ ਕਿ ਨਵਜੋਤ ਜੀ ਜਦੋਂ ਅੱਗੋਂ ਸਿੰਘਾਂ ਨੇ ਨੇ ਪੁੱਛਿਆ ਸਤਿਗੁਰੂ ਜੀ ਅਸੀਂ ਤਾਂ ਸੀਸ ਪੇਟ ਕਿਤੇ ਤੁਸੀਂ ਕੀ ਪੇਟ ਕਰੋਗੇ ਤਾਂ ਇਹ ਵੀ ਦੁਨੀਆ ਵਿੱਚ ਕਿਸੇ ਸ਼ਖਸ ਦੇ ਹਿੱਸੀ ਨਹੀਂ ਹੈ ਜੋ ਸਤਿਗੁਰਾਂ ਨੇ ਜਵਾਬ ਦਿੱਤਾ ਖਾਲਸਾ ਜੀ ਜੀ ਮੈਂ ਇੱਕ ਨਹੀਂ ਮੈਂ ਤਾਂ ਆਪਣੇ ਪੂਰੇ ਪਰਿਵਾਰ ਦੇ ਸੀਸੀ ਪੇਟ ਚੜਾ ਦੇਵਾਂਗਾ ਪੂਰਾ ਸਰਬੰਸ ਵਾਰ ਦੇਵਾਂਗਾ ਕਿਰਪਾ ਕਰੋ ਮੇਰੇ ਦਾਸ ਦੀ ਕਿਰਪਾ ਕਰਕੇ ਮੈਨੂੰ ਅਮਰਤ ਚੁਕਾ ਕੇ ਖਾਲਸੇ ਦੀ ਪਹਲ ਦਿਓ ਤਾਂ ਨਵਜੋਤ ਜੀ ਉਸ ਦਿਨ ਖਾਲਸਾ ਪੰਦੀ ਸਾਜਣਾ ਹੋਈ ਜਿਸ ਨੇ ਮੁੜ ਕੇ ਇਸ ਮੁਲਕ ਦੇ ਵਿੱਚ ਉਸ ਦੇਸ਼ ਦੇ ਵਿੱਚ ਉਸ ਜ਼ਾਲਮ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਉਸ ਜ਼ਾਲਮ ਰਾਜ ਦਾ ਖਾਤਮਾ ਕੀਤਾ ਤੇ ਅੱਜ ਅਸੀਂ ਸਰਬਸਾਂਝੀ ਵਾਲਤਾ ਦਾ ਸਨੇਹਾ ਦਿੰਦੇ ਹੋਏ ਇੱਕ ਅਮਨ ਚੈਨ ਦੀ ਜ਼ਿੰਦਗੀ ਜਿਉ ਰਹੇ ਹਾਂ ਇਹ ਘਟਨਾ 1699 ਦੀ ਸਾਖੀ ਵਾਲੇ ਦਿਨ ਹੋਈ ਸੀ ਇਸ ਲਈ ਇਹ ਬੜਾ ਅਹਿਮ ਦਿਹਾੜਾ ਜਿਸ ਦਿਹਾੜੇ ਤੇ ਅੱਜ ਅਸੀਂ ਸਾਰਿਆਂ ਨੂੰ ਵਧਾਈ ਦੇ ਰਹੇ ਹਾਂ ਬਿਲਕੁਲ ਜੀ ਪ੍ਰੋਫੈਸਰ ਸਾਹਿਬ ਕੋਈ ਵੀ ਦਿਨ ਕੋਈ ਵੀ ਤਿਉਹਾਰ ਨਾ ਆਪਣੇ ਨਾਲ ਸਨੇਹੇ ਦੇ ਨਾਲ ਨਾਲ ਉਹਨੂੰ ਵਿਚਰਣ ਦੀ ਤੇ ਜੀਵਨ ਜਾਂਚ ਦੀ ਨਾ ਕਲਾ ਵੀ ਲੈ ਕੇ ਆਉਂਦਾ ਹੈ ਜੀ ਜੇ ਵਿਸਾਖੀ ਦੀ ਗੱਲ ਕਰੀਏ ਇਹ ਸਾਡੇ ਸਮਾਜਿਕ ਭਾਈਚਾਰੇ ਦਾ ਸੁਨੇਹਾ ਹੈ ਬਿਲਕੁਲ ਇਹ ਤਿਉਹਾਰ ਕਿਉਂਕਿ ਕੋਈ ਵੀ ਤਿਉਹਾਰ ਜਿਹੜਾ ਹੈ ਨਾ ਉਹ ਤਦ ਤੱਕ ਆਪਣੇ ਪੂਰੇ ਰੰਗ ਆਪਣੇ ਪੂਰੇ ਜੋਬਨ ਤੇ ਨਹੀਂ ਆਉਂਦਾ ਜਦ ਤੱਕ ਤੁਸੀਂ ਸਾਕਸ ਨਹੀਂ ਆਂਗੀਆਂ ਸਾਥੀਆਂ ਹਾਣੀਆਂ ਚ ਰਲ ਕੇ ਉਸ ਤਿਉਹਾਰ ਨੂੰ ਮਨਾਉਦੇ ਨਹੀਂ ਬਿਲਕੁਲ ਸੋ ਇੱਕ ਸਮਾਜਿਕ ਜਿਹੜੀ ਭਾਈਚਾਰਕ ਸਾਂਝ ਆ ਉਹਨੂੰ ਵੀ ਇਹ ਤਿਉਹਾਰ ਜਿਹੜੇ ਨਾ ਬੜਾ ਨੇੜੇ ਹੋ ਕੇ ਘੋਟ ਕੇ ਗੱਲ ਵਕੜੀ ਪਾਉਂਦੇ ਨੇ ਬਿਲਕੁਲ ਨਵਜੋਤ ਜੀ ਜੀ ਬਿਲਕੁਲ ਤਿਉਹਾਰ ਵਿਸਾਖੀ ਦਾ ਹੋਵੇ ਜੀ ਜਾਂ ਕੋਈ ਵੀ ਹੋਰ ਤਿਉਹਾਰ ਜੀ ਇਹ ਲੋਕਮਨਾਂ ਦੀ ਉਪਜ ਹੁੰਦੇ ਆ ਜੀ ਲੋਕਾਂ ਦੇ ਚਾਵਾ ਵਿੱਚੋਂ ਰੀਜਾਂ ਵਿੱਚੋਂ ਉਹ ਮੰਗਾਂ ਦੇ ਵਿੱਚੋਂ ਇਹ ਤਿਉਹਾਰ ਉਸਰਦੇ ਆ ਬੰਦੇ ਆ ਤੇ ਫਿਰ ਲਗਾਏ ਜਾਂਦੇ ਆ ਜੀ ਤੇ ਲੋਕਮਨਾਂ ਦੀ ਜਦੋਂ ਗੱਲ ਹੁੰਦੀ ਉਹ ਤੋਂ ਕਿਸੇ ਵਰਗ ਵਿਸ਼ੇਸ਼ ਦੀ ਗੱਲ ਨਹੀਂ ਹੁੰਦੀ ਜੀ ਲੋਕਾਈ ਪੂਰੀ ਲੋਕਾਈ ਦੀ ਗੱਲ ਹੁੰਦੀ ਆ ਲੋਕਮਨ ਕਿਤੇ ਵੀ ਹੋ ਸਕਦਾ ਜੀ 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 ਉਹਦੇ ਵਿੱਚ ਹਰ ਵਰਗ ਸ਼ਾਮਲ ਹੁੰਦਾ ਹੈ ਉਹਦੇ ਵਿੱਚ ਹਰ ਤਰ੍ਹਾਂ ਦੇ ਕਿੱਤੇ ਵਾਲੇ ਲੋਕ ਸ਼ਾਮਲ ਹੁੰਦੇ ਹਰ ਧਰਮ ਦੇ ਲੋਕ ਸ਼ਾਮਲ ਹੁੰਦੇ ਆ ਔਰ ਸਾਡਾ ਸਾਰਾ ਭਾਈਚਾਰਾ ਮਿਲ ਕੇ ਉਹਨਾਂ ਤਿਉਹਾਰਾਂ ਨੂੰ ਮਨਾਉਂਦਾ ਹੈ ਤਾਂ ਇਹ ਤਿਉਹਾਰ ਸਾਨੂੰ ਇੱਕ ਰਾਸ਼ਟਰੀ ਇਕਤਾ ਦਾ ਸੁਨੇਹਾ ਵੀ ਦਿੰਦੇ ਆ ਸਾਨੂੰ ਰਲ ਮਿਲ ਕੇ ਰਹਿਣ ਦਾ ਸੁਨੇਹਾ ਦਿੰਦੇ ਇੱਕ ਦੂਸਰੇ ਦੇ ਦੁੱਖ ਸੁੱਖਾਂ ਵਿੱਚ ਭਾਈਵਾਲ ਹੋਣ ਦਾ ਸੁਨੇਹਾ ਦਿੰਦੇ ਆ ਨੌਰੇ ਸੁਨੇਹਾ ਵੀ ਦਿੰਦੇ ਆ ਕਿ ਅਸੀਂ ਰਲ ਮਿਲ ਕੇ ਇਸ ਸਮਾਜ ਦੇ ਵਿੱਚ ਚੰਗਿਆਈ ਦੀ ਉਸਾਰੀ ਕਰਨੀ ਤੇ ਬੁਰਾਈ ਦਾ ਖਾਤਮਾ ਕਰਨਾ ਹੈ ਇਹ ਤਿਉਹਾਰ ਲੋਕਮਨਾਂ ਦੇ ਬਹੁਤ ਨੇੜੇ ਹੋ ਕੇ ਲੋਕਾਂ ਦੀਆਂ ਰੀਝਾਂ ਚਾਮ ਨੂੰ ਪ੍ਰਫੁੱਲਤ ਕਰਦੇ ਹੋਏ ਸਾਡੇ ਵਿੱਚੋਂ ਬੁਰਾਈ ਦਾ ਖਾਤਮਾ ਕਰਦੇ ਨੇ ਜੀ ਚੰਗਿਆਈ ਦੀ ਉਸਾਰੀ ਕਰਦੇ ਨੇ ਤੇ ਸਾਡਾ ਸਮਾਜ ਹੋਰ ਚੰਗਾ ਚੰਗੇਰਾ ਬੜਾ ਸੋਹਣਾ ਬਣਦਾ ਜਿਸ ਵਿੱਚ ਅਸੀਂ ਸੁਖਦੇ ਸਾਲ ਹੈ ਕਿ ਬਹੁਤ ਸੋਹਣੀ ਜ਼ਿੰਦਗੀ ਬੜੀ ਉਸਾਰੂ ਜ਼ਿੰਦਗੀ ਜਿ ਹੋ ਸਕਦੇ ਆ ਇਹ ਤੇ ਹਰ ਸਾਨੂੰ ਇੰਜ ਇੱਕ ਦੂਸਰੇ ਦੇ ਨੇੜੇ ਕਰਦੇ ਆ ਜੀ ਇਹ ਤਿਉਹਾਰ ਜਿੱਤੇ ਸਾਨੂੰ ਸਮਾਜਿਕ ਬਰਾਬਰੀ ਦਿੰਦੇ ਆ ਨਾ ਸਾਨੂੰ ਇੱਕ ਦੂਜੇ ਦੇ ਹੋਰ ਨੇੜੇ ਹੋਣ ਦਾ ਬੜਾ ਮਾਣ ਮਹਿਸੂਸ ਹੁੰਦਾ ਉਹਦੇ ਨਾਲ ਨਾਲ ਸਾਡੇ ਅਰਥਚਾਰੇ ਦੇ ਵੀ ਇਹ ਬਹੁਤ ਪ੍ਰਭਾਵ ਪਾਉਂਦੇ ਆ ਤਿਉਹਾਰ ਤੇ ਜੇ ਵਿਸਾਖੀ ਦੀ ਗੱਲ ਕਰੀਏ ਤੁਸੀਂ ਫਸਲ ਦੀ ਗੱਲ ਕੀਤੀ ਕਿ ਇਹਨੂੰ ਫਸਲ ਦੇ ਨਾਲ ਜੁੜਿਆ ਹੋਇਆ ਤਿਉਹਾਰ ਵੀ ਕਹਿੰਦੇ ਆ ਬਿਲਕੁਲ ਇਹ ਸਾਡੀ ਹਾੜੀ ਦਾ ਇਕ ਸਾਡੀ ਖੁਸ਼ਹਾਲੀ ਦਾ ਸਮਰiddhi ਦਾ ਪ੍ਰਤੀਕ ਹੈ ਬਿਲਕੁਲ ਤੇ ਜੇ ਉਸ ਅਨਦਾਤਾ ਦੀ ਗੱਲ ਨਾ ਕਰੀਏ ਜੇ ਉਹਦੀ ਭਾਵਨਾ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਹੈ ਕਿ ਵਿਸਾਖੀ ਦਾ ਜਿਹੜਾ ਅਰਥ ਹੈ ਉਹ ਪੂਰਾ ਮੁਕੰਮਲ ਨਹੀਂ ਹੁੰਦਾ ਬਿਲਕੁਲ ਸਹੀ ਬਹੁਤ ਬਹੁਤ ਵਧੀਆ ਸਵਾਲ ਨਵਜੂ ਜਿਹੜਾ ਧੀਆਂ ਪੁੱਤਾਂ ਵਾਂਗ ਉਹ ਨਿੱਕੇ ਨਿੱਕੇ ਬੀ ਸਿੱਟਦਾ ਉਸ ਤੋਂ ਬਾਅਦ ਇੰਨੀ ਨਿਗਰਾਨੀ ਕਰਦਾ ਆਪਣਾ ਆਪ ਵਾਰ ਦਿੰਦਾ ਸਾਰਾ ਨਰਾਤਾਂ ਨੂੰ ਨੀਂਦ ਆਉਂਦੀ ਹੈ ਨਾ ਦਿਨੇ ਚੈਨ ਪੈਂਦੀ ਹੈ ਵਾਹ ਵਾਹ ਹਰ ਵੇਲੇ ਧਿਆਨ ਇੱਧਰ ਰਹਿੰਦਾ ਮੈਂ ਜਰਾ ਖੇਤ ਹੋਵਾਵਾ ਸੋ ਜੇ ਉਹਦੀ ਗੱਲ ਨਾ ਕਰੀਏ ਤੇ ਮੈਨੂੰ ਲੱਗਦਾ ਕਿ ਕਿਤੇ ਕਿਤੇ ਥੋੜਾ ਜਨਾ ਕਤਾਹੀ ਕਰ ਜਾਾਂਗੇ ਬਹੁਤ ਵਧੀਆ ਗੱਲ ਕੀਤੀ ਤੈਨੂੰ ਜੋਤ ਜੀ ਸਾਡੇ ਅਰਥਚਾਰੇ ਦੇ ਨਾਲ ਜੀ ਵਿਸਾਖੀ ਦਾ ਤਿਆਰ ਵਿਸ਼ੇਸ਼ ਤੌਰ ਤੇ ਜੁੜਿਆ ਹੈ ਜੀ ਜੀ ਜੇ ਅਸੀਂ ਸਾਡੇ ਇਹਨਾਂ ਪ੍ਰਾਂਤਾਂ ਦੀ ਹਰਿਆਣੇ ਦੀ ਗੱਲ ਕਰ ਲਈਏ ਪੰਜਾਬ ਦੀ ਗੱਲ ਕਰ ਲਈਏ ਜਿੱਥੇ ਵੀ ਫਸਲਾਂ ਤੇ ਸਾਡਾ ਜੀਵਨ ਨਿਰਭਰ ਹੈ ਜੀ ਉਹਨਾਂ ਪ੍ਰਾਂਤਾਂ ਦੇ ਵਿੱਚ ਹਾੜੀ ਦੀ ਫਸਲ ਨੂੰ ਬੜਾ ਬੇਸਫਰੀ ਨਾਲ ਦੇਖਿਆ ਜਾਂਦਾ ਹੈ ਜੀ ਕਣਕ ਬੀਜਣ ਤੋਂ ਲੈ ਕੇ ਕਣਕ ਵੱਢਣ ਤੱਕ ਬਹੁਤ ਸਾਰੀ ਸੰਭਾਲ ਬਹੁਤ ਸਾਰੀ ਨਿਗਰਾਨੀ ਬਹੁਤ ਸਾਰੀ ਖੇਚਲ ਬੜੀ ਮਿਹਨਤ ਇਸ ਫਸਲ ਤੇ ਕਰਨੀ ਪੈਂਦੀ ਹੈ ਔਰ ਵਾਕਈ ਮਜ਼ਦੂਰ ਵੀ ਕਿਸਾਨ ਵੀ ਆਪਣਾ ਮੁਰਕਾ ਵਹਾ ਕੇ ਇੱਕ ਇੱਕ ਦਾਣੇ ਨੂੰ ਪਾਣੀ ਲਾ ਕੇ ਖਾਦ ਪਾ ਕੇ ਗੋਡੀਆਂ ਪਾ ਕੇ ਸਿੱਟਿਆਂ ਤੱਕ ਲੈ ਕੇ ਆਉਂਦਾ ਹੈ ਔਰ ਵਿਸਾਖੀ ਦੇ ਦਿਨਾਂ ਦੇ ਲਾਗੇ ਜਦੋਂ ਸਿੱਟੇ ਸੁਨਹਿਰੀ ਹੁੰਦੇ ਆ ਜੀ ਤਾਂ ਸਾਡੇ ਸੁਪਨੇ ਸਾਡੇ ਚਾਹ ਸੜੀਆਂ ਮੰਗਾਂ ਵੀ ਲੈ ਲਹਾਉਣ ਲੱਗ ਪੈਂਦੀ ਐ ਸਿੱਟੇ ਨਹੀਂ ਲੈ ਲਹਾਉਂਦੇ ਸੜੀਆਂ ਮੰਗਾਂ ਵੀ ਲੈ ਲਹਾਉਂਦੀਆਂ ਸਾਨੂੰ ਲੱਗਦਾ ਹੈ ਕਿ ਸਾਡੇ ਸੁਪਨਿਆਂ ਦੀ ਪੂਰਤੀ ਕਰਨ ਵਾਸਤੇ ਇਹ ਫਸਲ ਆ ਰਹੀ ਐ ਔਰ ਜਦੋਂ ਇਹ ਫਸਲ ਆਵੇਗੀ ਸਾਡੇ ਘਰਾਂ ਵਿੱਚ ਖੇੜਾ ਸਾਡੇ ਘਰ ਵਿੱਚ ਖੁਸ਼ੀਆਂ ਆ ਜਾਣਗੀਆਂ ਅਸੀਂ ਚਾਵਾਂ ਦੇ ਨਾਲ ਆਪਣੇ ਕਰਨ ਵਾਲੇ ਸਾਰੇ ਕੰਮ ਕਰਾਂਗੇ ਔਰ ਨਵਜੋਸ਼ ਜੀ ਕਿਸਾਨ ਬੀਜਦਾ ਤੇ ਉਸ ਦੇ ਨਾਲ ਸੰਭਾਲ ਕਰਨ ਦੇ ਵਿੱਚ ਮਜ਼ਦੂਰ ਉਹਦਾ ਪੂਰਾ ਸਾਥ ਦਿੰਦਾ ਹੁਣ ਇਹਦੇ ਨਾਲ ਸਾਰਿਆਂ ਦੇ ਸੁਪਨੇ ਜੁੜੇ ਹੋਏ ਨੇ ਕਿਸਾਨ ਨੂੰ ਆਪਣੇ ਘਰ ਦੇ ਸਾਰੇ ਕੰਮ ਕਿਸੇ ਤੀ ਪੁੱਤ ਦਾ ਵਿਆਹ ਕਰਨਾ ਕੁਝ ਨਵੋਸਾਰੀ ਕਰਨੀ ਹੈ ਜੀ ਕੁਝ ਹੋਰ ਕਿਸੇ ਤਰ੍ਹਾਂ ਦਾ ਕੋਈ ਕੀਤਾ ਸ਼ੁਰੂ ਕਰਨਾ ਹੈ ਤਾਂ ਉਸ ਦੀ ਸਾਰੀ ਆਸ ਆਪਣੀ ਫਸਲ ਤੇ ਹੁੰਦੀ ਹੈ ਜੀ ਮਜ਼ਦੂਰ ਵੀ ਦੁਆਵਾ ਕਰਦਾ ਹੈ ਕਿ ਕਿਸਾਨ ਦੀ ਫਸਲ ਸੱਚੇ ਪਾਤਸ਼ਾਹ ਸੁਖੀ ਸਾਹਿਬ ਦੀ ਪੱਕ ਜਾਏ ਤਾਂ ਕਿ ਕਿਸਾਨ ਤੋਂ ਜੋ ਮੈਨੂੰ ਉਜਰਤ ਮਿਲਣੀ ਹੈ ਜੋ ਮੈਨੂੰ ਮਿਹਨਤਾਨਾ ਮਿਲਣਾ ਹੈ ਉਹਦੇ ਨਾਲ ਮੇਰੇ ਪਰਿਵਾਰ ਦੀ ਪਾਲਣਾ ਵੀ ਹੋਏਗੀ ਉਹ ਵੀ ਇਹਨਾਂ ਖੁਸ਼ੀਆਂ ਦੇ ਵਿੱਚ ਨਿਦਵਾਨ ਦੇ ਵਿੱਚ ਸ਼ਾਮਲ ਹੁੰਦਾ ਕਿ ਹਾੜੀ ਦੀ ਫਸਲ ਚੰਗੀ ਤਰ੍ਹਾਂ ਪੱਕ ਜਾਵੇ ਸੱਚੇ ਪਾਤਸ਼ਾਹ ਸੁਖੀ ਸੰਧੀ ਸਭ ਹੋ ਜਾਵੇ ਔਰ ਇਸ ਦੇ ਨਾਲ ਹੀ ਮੈਂ ਇਹ ਕਵਾਂਗਾ ਨਵਜੋਤ ਜੀ ਸਿਰਫ ਕਿਸਾਨ ਤੇ ਮਜ਼ਦੂਰ ਹੀ ਨਹੀਂ ਜੀ ਸਮਾਜ ਦਾ ਹਰ ਵਰਗ ਇਹਨਾਂ ਖੁਸ਼ੀਆਂ ਦੇ ਵਿੱਚ ਇਹ ਕਾਮਨਾ ਕਰਦਾ ਸਤਗੁਰੂ ਜੀ ਫਸਲਾਂ ਵਧੀਆਂ ਹੋਣ ਕਿਉਂਕਿ ਬਾਜ਼ਾਰ ਵੀ ਜੇ ਚੱਲਣਾ ਨਵਜੋਤ ਜੀ ਜੀ ਤੋ ਕਿਸਾਨ ਦੀ ਫਸਲ ਆਏਗੀ ਮਜ਼ਦੂਰ ਕੋਲ ਪੈਸਾ ਆਏਗਾ ਕਿਸਾਨ ਕੋਲ ਪੈਸਾ ਆਏਗਾ ਉਹ ਬਾਜ਼ਾਰ ਜਾਣਗੇ ਜੀ ਤੇ ਬਾਜ਼ਾਰ ਚੱਲੇਗਾ ਬਿਲਕੁਲ ਬਾਜ਼ਾਰ ਚ ਖਰੀਦੋ ਫਰੋਖਤ ਬਾਜ਼ਾਰ ਦੀਆਂ ਚੀਜ਼ਾਂ ਦੀ ਵਿਕਰੀ ਤਾਂ ਹੀ ਹੋਏਗੀ ਜੇ ਸੜੀਆਂ ਫਸਲਾਂ ਚੰਗੀਆਂ ਹੋਣਗੀਆਂ ਤੁਸੀਂ ਦੇਖਿਆ ਹੋਣਾ ਜਦੋਂ ਕਿਤੇ ਹੜ ਆ ਜਾਂਦੇ ਐ ਜੀ ਹਨੇਰੀਆਂ ਆ ਜਾਂਦੀਆਂ ਗੜੇਮਾਰ ਹੋ ਜਾਂਦੀ ਐ ਤਾਂ ਮੈਂ ਕਿ ਕਿਸਾਨ ਹੋਂਦੇ ਨਾਤੇ ਬੜੀ ਚੰਗੀ ਤਰ੍ਹਾਂ ਜਾਣਦਾ ਨਵਜੋਤ ਜੀ ਉਹ ਰਤਾਸੀਂ ਸੋ ਨਹੀਂ ਸਕਦੇ ਜੀ ਔਰ ਇੱਕ ਗੱਲ ਇੱਥੇ ਹੀ ਹੈ ਪ੍ਰੋਫੈਸਰ ਸਾਹਿਬ ਕੀ ਜਦੋਂ ਕੋਈ ਇਦਾਂ ਦੀ ਕੋਈ ਮੀਂਹ ਹਨੇਰੀ ਜਾਂ ਕੋਈ ਤੁਸੀਂ ਗੜਿਆਂ ਦੀ ਗੱਲ ਕੀਤੀ ਹਾਂ ਉਸ ਵੇਲੇ ਨਾ ਕੱਲੇ ਕਿਸਾਨ ਨੂੰ ਫਿਕਰ ਨਹੀਂ ਹੁੰਦਾ ਬਿਲਕੁਲ ਉਸ ਵੇਲੇ ਪੂਰੀ ਲੋਕਾਈ ਹੱਥ ਜੋੜ ਕੇ ਅਰਦਾਸ ਕਰ ਰਹੀ ਹੁੰਦੀ ਹੈ ਉਹ ਇੱਕ ਐਸੇ ਕਿੱਤੇ ਦਾ ਮਾਲਕ ਹੈ ਜਿਹਦੇ ਵਾਸਤੇ ਪੂਰੀ ਦੁਨੀਆ ਹੱਥ ਜੋੜਦੀ ਹੈ ਹੱਥ ਜੋੜਦੀ ਉਹਦੇ ਵਾਸਤੇ ਅਰਦਾਸਾਂ ਕਰਦੀ ਕਿ ਰੱਬਾ ਇਹ ਨਾ ਕਰ ਫਸਲ ਖਰਾਬ ਹੋ ਜਾ ਬਿਲਕੁਲ ਬਿਲਕੁਲ ਕਿਉਂਕਿ ਸਾਰਾ ਆਰਥਿਕ ਢਾਂਚਾ ਹੀ ਜੀ ਸਾਡਾ ਦੇਸ਼ ਖਾਸ ਤੌਰ ਤੇ ਖੇਤੀ ਪ੍ਰਧਾਨ ਦੇਸ਼ ਹੈ ਜੀ ਜੀ ਤੇ ਇਸ ਦੇਸ਼ ਵਿੱਚ ਜੇ ਫਸਲਾਂ ਪੂਰੀਆਂ ਹੋਣਗੀਆਂ ਕਿਸਾਨ ਮਜ਼ਦੂਰ ਖੁਸ਼ਹਾਲ ਹੋਣਗੇ ਬਾਜ਼ਾਰ ਚੱਲੇਗਾ ਤਾਂ ਦੁਨੀਆ ਦੇ ਵਿੱਚ ਖੁਸ਼ੀਆਂ ਖੜੇ ਹੋਣਗੇ ਜੀ ਇਹ ਯਾਦ ਰੱਖਣਾ ਕਿ ਜਿੰਨਾ ਬੰਦਾ ਆਰਥਿਕ ਪੱਖੋਂ ਤੰਗ ਹੋਏਗਾ ਉਹੀ ਹੀ ਗਲਤ ਕੰਮਾਂ ਵੱਲ ਧਿਆਨ ਦਿੰਦਾ ਹੈ ਬੰਦਾ ਰਾਜ਼ੀ ਹੋਏਗਾ ਖੁਸ਼ੀ ਹੈ ਘਰ 'ਚ ਸਭ ਕੁਝ ਬਰਕਤਾਂ ਹੋਣਗੀਆਂ ਉਹ ਮਾਰੇ ਪਾਸੇ ਵੱਲ ਪੈਰ ਨਹੀਂ ਪੁੱਟੇਗਾ ਸਾਰੀ ਮੈਂ ਇਹ ਸੋਚਦਾ ਹਾਂ ਦੁਨੀਆ ਦਾ ਸਾਰੇ ਦਾ ਸਾਰਾ ਭਵਿੱਖ ਖਾਸ ਕਰਕੇ ਸਾਡੇ ਮੁਲਕ ਦਾ ਫਸਲਾਂ ਤੇ ਹੀ ਟਿਕਿਆ ਹੋਇਆ ਹੈ ਇਸ ਲਈ ਹਰ ਵਰਗ ਵਾਕਈ ਤੁਹਾਡੀ ਗੱਲ ਸਹੀ ਹੈ ਹੱਥ ਜੋੜਦਾ ਹੈ ਪਾਤਸ਼ਾਹ ਜੀਓ ਇਹ ਫਸਲਾਂ ਸਲਾਮਤ ਰਹਿਣ ਸਾਡੀ ਵਿਸਾਖੀ ਸੁਖਸਾਂਦੀ ਆ ਜਾਵੇ ਤਾਂ ਸਾਡੇ ਸਾਰਾ ਦੇ ਕਾਰੋਬਾਰ ਚੱਲਣ ਇਹ ਵਿਸਾਖੀ ਜਦੋਂ ਆਉਂਦੀ ਹੈ ਉਸ ਟਾਈਮ ਫਸਲਾਂ ਪੱਕ ਚੁਕੀਆਂ ਹੁੰਦੀਆਂ ਮੈਂ ਥੇ ਵੀ ਕਹਿਣਾ ਚਾਹਾਂਗਾ ਕਿ ਵਿਸਾਖੀ ਦਾ ਹੁਣ ਥੋੜਾ ਸੰਦਰਭੇ ਬਦਲ ਗਿਆ ਕਿ ਪਹਿਲਾਂ ਸਮਿਆਂ ਜੀ ਕੀ ਸੀ ਫਸਲਾਂ ਥੋੜੀਆਂ ਲੇਟ ਪੱਕਦੀਆਂ ਸੀ ਵਿਸਾਖੀ ਵਾਲੇ ਦਿਨ ਵਾਢੀ ਸ਼ੁਰੂ ਕੀਤੀ ਜਾਂਦੀ ਸੀ ਪਹਿਲਾਂ ਟੱਕ ਲਾ ਲਿਆ ਜਾਂਦਾ ਸੀ ਜੀ ਪਹਿਲਾਂ ਟੱਕ ਉਸ ਦਿਨ ਲਾਇਆ ਜਾਂਦਾ ਸੀ ਔਰ ਤਾਂ ਹੀ ਤੁਸੀਂ ਸਾਡੇ ਗੀਤ ਸੁਣਿਆ ਹੋਵੇਗਾ ਕਿ ਫਸਲਾਂ ਦੀ ਮੁਕਗੀ ਰਾਖੀ ਜਟਾ ਆਈ ਵਸਾਖੀ ਤੇ ਅੱਜ ਥੋੜਾ ਸਮਾਂ ਬਦਲਦੇ ਨਾਲ ਥੋੜੀ ਤੇਜ਼ੀ ਆਉਣ ਦੇ ਨਾਲ ਥੋੜਾ ਜਿਹਾ ਆਧੁਨਿਕ ਸਾਧਨਾਂ ਦੇ ਹੋਣ ਕਰਕੇ ਫਸਲਾਂ ਤੇਜ਼ੀ ਹੋ ਗਈਆਂ ਹੁਣ ਤੁਹਾਡੀ ਜਿਵੇਂ ਤੁਸੀਂ ਪਹਿਲਾਂ ਬੋਲ ਰਹੇ ਸੀ ਕਿ ਤੂੜੀ ਤੰਦ ਸਾंभਾੜੀ ਵੇਚਵਟ ਕੇ ਹੁਣ ਅਸੀਂ ਵਿਸਾਖੀ ਦੇ ਮੇਲੇ ਤੋਂ ਪਹਿਲਾਂ ਬੜਾ ਤੂੜੀ ਤੰਦ ਸਾंभ ਲੈਣੇ ਆ ਤੁਸੀਂ ਮੇਲੇ ਦੀ ਗੱਲ ਕੀਤੀ ਹੈ ਤੇ ਅਸੀਂ ਫੇਰ ਇੱਕ ਵਾਰੀ ਤੁਹਾਨੂੰ ਵੀ ਔਰ ਦਰਸ਼ਕਾਂ ਨੂੰ ਉਸ ਮੇਲੇ ਵੱਲ ਲੈ ਚੱਲਦੇ ਹਾਂ ਇੱਕ ਗੀਤ ਜਿਹੜਾ ਸਵੇਰੇ ਸਵੇਰੇ ਰੂਹ ਨੂੰ ਟੁੰਬੇ ਆ ਇੱਕ ਵਾਰੀ ਫੇਰ ਤੁਹਾਨੂੰ ਉਹ ਗੀਤ ਖਾਨੇ ਹਰ ਪਲ ਖੁਸ਼ੀਆਂ ਨਾਲ ਬਿਤਾਈਏ ਨੱਚੀਏ ਟੱਪੀਏ ਬੰਗੜੇ ਪਾਈਏ ਬੀਤ ਗਏ ਦੇ ਦੁੱਖਾਂ ਨੂੰ ਫੁੱਲ ਨਵੇਂ ਬਰੇ ਦੇ ਜਸ਼ਨ ਮਨਾਈਏ ਨਮੀ ਜ਼ਿੰਦਗੀ ਨਾ ਮੇਰਾਸ ਤੇ ਨਮੀ ਜ਼ਿੰਦਗੀ ਨਾ ਮੇਰਾਸ ਤੇ ਨਮੀ ਪਰੇ ਪਰਬਤ ਰੱਬ ਅਗੇ ਅਰਦਾਸ ਇਹੋ ਸਾਡਾ ਵਸਦਾ ਰਹੇ ਪੰਜਾਬ ਰੱਬ ਅਗੇ ਅਰਦਾਸ ਇਹੋ ਮੇਰਾ ਵਸਦਾ ਰਹੇ ਪਹਿਣਾ ਰਹਿਣ ਸੁਰਖੇਤ ਵਤਨ ਮੇਰੇ ਦੀਆਂ ਸ਼ਾਲਾ ਕਦੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਆਵੇ ਨਾ ਤੇ ਆ ਲੈਣ ਨਰਮੇ ਨਾਲ ਖਪਾਵਾਂ ਬਿਰਲ ਮਿਲ ਸਾਰੇ ਖੁਸ਼ੀਆਂ ਮਾਨਣ ਬਿਰਲ ਮਿਲ ਸਾਰੇ ਖੁਸ਼ੀਆਂ ਮਾਨਣ ਵਾਂਗਰ ਸਕੇ ਪਰਾਮਾ ਰਹਿਣ ਸਲਾਮਤ ਜੁਗ ਜੁਗ ਸ਼ਾਲਾ ਵਤਨ ਮੇਰੇ ਦੀਆਂ ਮਾਵਾਂ ਹੀਤ ਪਿਆਰਾਂ ਦੇ ਵੈ ਸਜਣਾ ਵਿੱਚ ਗਾਵਾਂ ਗੀਤ 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 ਪਿਆਰਾਂ ਦੇ ਗੁਲਾਬ ਹੋਵੇ ਕੋਈ ਸੁਰਖ ਗੁਲਾਬ ਹੋਵੇ ਰੱਬਾ ਤੇਰੇ ਕੋਲ ਆਈਏ ਓਏ ਸ਼ਾਲਾ ਉਥੇ ਵੀ ਪੰਜਾਬ ਹੋਵੇ ਇਨਸ਼ਾਲਾ ਉਥੇ ਵੀ ਪੰਜਾਬ ਹੋਵੇ ਦੇਖਦੇ ਰੱਖੇ ਰਹਿਣ ਸਲਾਮਤ ਮਿਹਰ ਕਰੇ ਰੱਬ ਸੱਚਾ ਹੁੰਦਾ ਹੈ ਆਜ਼ਾਦ ਜਿਨ੍ਹਾਂ ਦੇ ਸਿਰ ਤੇ ਬੱਚਾ ਬੱਚਾ ਹੁੰਦਾ ਹੈ ਆਜ਼ਾਦ ਜਿਨ੍ਹਾਂ ਦੇ ਸਿਰ ਤੇ ਬੱਚਾ ਬੱਚਾ ਤਾ ਤੀਰਦ ਕੇ ਖਾ ਵੇ ਖੜਿਆ ਰਹੇ ਗੁਲਾਬ ਬੇਲੀਓ ਖੜਿਆ ਰਹੇ ਗੁਲਾਬ ਵਸਦਾ ਰਹੇ ਪੰਜਾਬ ਕੇ ਮੇਰਾ ਵਸਦਾ ਰਹੇ ਪੰਜਾਬ 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 ਵਿੱਚ ਪਰ ਦੇਸਾਂ ਬੈਠੇ ਜਿਹੜੇ ਰਹਿਣ ਪੰਜਾਬੀ ਵਸਦੇ ਤੰਦ ਰੁਸਤੀਆਂ ਬਖਸ਼ੇ ਮਾਲਕ ਰਹਿਣ ਹਮੇਸ਼ਾ ਹੱਸਦੇ ਤੰਦ ਰੁਸਤੀਆਂ ਬਖਸ਼ੇ ਮਾਲਕ ਰਹਿਣ ਹਮੇਸ਼ਾ ਹੱਸਦੇ ਮੋਜਾ ਮਾਨਣ ਕਰਨ ਤਰੱਕੀਆਂ ਜਿੱਤਣ ਨਵੇਂ ਕਿਤਾਬ ਵੇਲੀਓ ਜਿੱਤਣ ਨਵੇਂ ਕਿਤਾਬ ਵਸਤਾ ਰਹੇ ਪੰਜਾਬ ਕੇ ਮੇਰਾ ਵਸਤਾ ਰਹੇ ਪੰਜਾਬ 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 ਪਤ ਪੈਰ ਮਿਟਾ ਕੇ ਸਾਰੇ ਇਕ ਹੋ ਜਾਈਏ ਰਵਰ ਕੇ ਮਾਪਿਆਂ ਦਾ ਲੈਰੀ ਦਿਲ ਨਾ ਕਦੇ ਸੁਖਾਈਏ ਰਵਰ ਕੇ ਮਾਪਿਆਂ ਦਾ ਲੈਰੀ ਦਿਲ ਨਾ ਕਦੇ ਸੁਖਾਈਏ ਪਿਆਰ ਦਾ ਸਭ ਕੁ ਬੜਾਵੇ ਜਿਹੜੀ ਪੜੀਏ ਉਹੀ ਕਿਤਾਬ ਵੇਲੀਓ ਪੜੀਏ ਉਹੀ ਕਿਤਾਬ ਵਸਤਾ ਰਹੇ ਪੰਜਾਬ ਕੇ ਮੇਰਾ ਵਸਤਾ ਰਹੇ ਤਕੂਬ ਵਸਦਾ ਰਹੇ ਪੰਜਾਬ ਕੇ ਮੇਰਾ ਵਸਦਾ ਰਹੇ ਪੰਜਾਬ ਸ਼ਾਲਾ ਜਿਵੇਂ ਉੱਥੇ ਜਾਵਾਂ ਤੇ ਉੱਥੇ ਵੀ ਪੰਜਾਬ ਹੋਵੇ ਇੰਨੀ ਸਿੱਖ ਹੈ ਦਿਲ ਦੇ ਅੰਦਰ ਪੰਜਾਬ ਦੀ ਬੜੀ ਖੂਬਸੂਰਤੀ ਦੇ ਨਾਲ ਲਿਖਿਆ ਗਾਇਆ ਤੇ ਨਿਰਦੇਸ਼ਨ ਇਸ ਗੀਤ ਦਾ ਸੋ ਅੱਜ ਦੇ ਦਿਹਾੜੇ ਇਹ ਗੀਤ ਤੁਹਾਡੇ ਵੱਲ ਇੱਕ ਸੁਗਾਤ ਦੇ ਰੂਪ ਵਿੱਚ ਭੇਜਿਆ ਦੂਰਦਰਸ਼ਨ ਨੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਗੱਲਾਂ ਤੇ ਗੀਤ ਮਾਹਿਰ ਮਹਿਮਾਨ ਚਰਚਾ ਕਰ ਰਹੇ ਨੇ ਵਿਸਾਖੀ ਦੇ ਦਿਹਾੜੇ ਤੇ ਪ੍ਰੋਫੈਸਰ ਗੁਰਚਰਨ ਸਿੰਘ ਜੀ ਸਤ ਜਿੱਥੋਂ ਗੱਲ ਖਤਮ ਕੀਤੀ ਸੀ ਨਾ ਉੱਥੇ ਹੀ ਦੁਬਾਰਾ ਜੋੜਦੇ ਆ ਕਿ ਕਈ ਸਾਡੇ ਕਾਰੋਬਾਰ ਤੇ ਕਈ ਅਰਥਚਾਰੇ ਦੇ ਕਹ ਲੋ ਕਿ ਧੁਰੇ ਇਸ ਫਸਲ ਦੇ ਨਾਲ ਸਾਡੇ ਇਸ ਖਿੱਤੇ ਦੇ ਨਾਲ ਜੁੜੇ ਹੋਏ ਨੇ ਸੋ ਉਹਨਾਂ ਨੂੰ ਵੀ ਅਸੀਂ ਨਾ ਕਿਤੇ ਨਾ ਕਿਤੇ ਕਹਿੰਨੇ ਆ ਕਿ ਇਧਰੋਂ ਹੰਗਾਰਾ ਮਿਲੇਗਾ ਤੇ ਫਿਰ ਅਗਲੇ ਪਾਸੇ ਉਧਰ ਹੂੰ ਹੋਣੀ ਹੈ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਇਹ ਗੱਲ ਜਿਸ ਤਰ੍ਹਾਂ ਅਸੀਂ ਅਸੀਂ ਨਵਜੋਸ਼ ਜੀ ਕਿ ਕੀਤੀ ਹੈ ਜੀ ਕਿ ਮੈਂ ਕਹਿ ਚੁੱਕਾ ਸਰ ਅਰਥਚਾਰੇ ਨਾਲ ਜੁੜੇ ਹੋਏ ਜਿੰਨੇ ਵੀ ਕੰਮ ਨੇ ਜੀ ਉਹ ਸਾਰੇ ਸਾਰੇ ਖੇਤੀ ਨਾਲ ਸਾਡੀਆਂ ਫਸਲਾਂ ਨਾਲ ਜੁੜੇ ਹੋਏ ਨੇ ਜੀ ਔਰ ਵਿਸਾਖੀ ਦੀ ਸਾਰੇ ਉਹ ਢੀ ਕਿੱਥੇ ਖਰੀਦਦੇ ਕਦੋਂ ਵਿਸਾਖੀ ਆਏਗੀ ਇਹ ਫਸਲਾਂ ਵੱਡੀਆਂ ਜਾਣਗੀਆਂ ਫਸਲਾਂ ਮੰਡੀ ਚ ਜਾਣਗੀਆਂ ਵਿਕਣਗੀਆਂ ਔਰ ਸਾਡੇ ਸਾਰਿਆਂ ਦੇ ਕਾਰੋਬਾਰ ਚੱਲਣਗੇ ਜੀ ਉਹ ਵਰਗ ਚਾਹੇ ਤੁਸੀਂ ਮਜ਼ਦੂਰ ਵਰਗ ਲੈ ਲਓ ਜੀ ਚਾਹੇ ਕਿਸਾਨ ਵਰਗ ਲੈ ਲੋ ਚਾਹੇ ਬਾਜ਼ਾਰ ਲੈ ਲੋ ਕਿਸੇ ਵੀ ਤਰ੍ਹਾਂ ਦਾ ਕੋਈ ਵਰਗ ਹੈ ਉਹ ਤਾਂ ਸਾਰਿਆਂ ਦਾ ਜੋ ਜੁੜਿਆ ਹੈ ਉਹ ਸਾਰਾ ਖੇਤੀ ਤੇ ਹੀ ਆਧਾਰਤ ਹੈ ਤੇ ਖੇਤੀ ਸੁਣੀ ਹੋਏਗੀ ਔਰ ਵਿਸਾਖੀ ਦੇ ਮੇਲੇ ਵੀ ਚੰਗੇ ਸੋਹਣੇ ਲੱਗਣਗੇ ਭਾਵਨਾਵਾਂ ਵੀ ਜੁੜੀਆਂ ਨੇ ਜਿਹੜੀਆਂ ਪਿਛਲੀ ਵਾਰੀ ਪਿਛਲੀ ਵਾਰੀ ਜਿਹੜੀਆਂ ਸੋਹਣੀ ਦੇ ਉੱਤੇ ਟੂੰਬਾ ਨਹੀਂ ਖੜਾ ਕੇ ਦਿੱਤੀਆਂ ਉਹ ਐਤ ਕੀ ਨਜ਼ਰ ਹਾੜੀ ਦੇ ਉੱਤੇ ਹੈ ਵੀ ਐਤ ਕੀ ਤੇ ਪੱਕਾ ਨਸੀਬ ਹੋ ਜਾਣਗੀਆਂ ਬਿਲਕੁਲ 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 ਇਹ ਇਹ ਸੜਾ ਉਹੀ ਮੈਂ ਕਹਿੰਦਾ ਜੀ ਸਾਡੇ ਰੀਜਾਂ ਦਾ ਸਾਡੀਆਂ ਚਾਹਾਂ ਦਾ ਸਾਡੀਆਂ ਮੰਗਾ ਦਾ ਪ੍ਰਤੀਕ ਹੈ ਬਾਕੀ ਕਰਦੀਆਂ ਜਿੰਨੀਆਂ ਵੀ ਲੋੜਾਂ ਨੇ ਚਾਹੇ ਉਹ ਚਾਹਮਾਂ ਨਾਲ ਜੁੜੀਆਂ ਹੋਈਆਂ ਨੇ ਚਾਹੇ ਉਹ ਸਾਡੀਆਂ ਬੁਨਿਆਦੀ ਜ਼ਰੂਰਤਾਂ ਨੇ ਉਹ ਸਭ ਦਾ ਪੂਰਤੀ ਤਾਂ ਫਸਲਾਂ ਨਾਲ ਹੀ ਹੁੰਦੀ ਹੈ ਨਵਜੋਤ ਜੀ ਔਰ ਵਿਸਾਖੀ ਆਉਣ ਤੇ ਸਾਰਾ ਦੇ ਮਾਨਾਂ ਚ ਵਾਕਈ ਇੱਕ ਖੁਸ਼ੀ ਲਹਿਰਾਂ ਲੈ ਰਹੀ ਹੁੰਦੀ ਓਸ਼ਾਲੇ ਲੈ ਰਹੀ ਹੁੰਦੀ ਹੈ ਕਿ ਹੁਣ ਤਾਂ ਬਹੁਤ ਨੇੜੇ ਹੈ ਸਾਡੀਆਂ ਮੰਗਾਂ ਦੀ ਪੂਰਤੀ ਹੋਣੀ ਤੇ ਇਸ ਕਰਕੇ ਸਾਰੇ ਵਿਸਾਖੀ ਨੂੰ ਅਡੀਆਂ ਚੁੱਕ ਚੁੱਕ ਕੇ ਉਡੀਕਦੇ ਨੇ ਤਾਂ ਵਿਸਾਖੀ ਦੇ ਨਾਲ ਮੈਂ ਸਮਝਦਾ ਕਿ ਸਾਡੇ ਜੀਵਨ ਦਾ ਹਰ ਪੱਖ ਹਰ ਪਹਿਲੂ ਜੁੜਿਆ ਹੋਇਆ ਹੈ ਜੀ ਤਾਂ ਸਤਿਗੁਰੂ ਕਿਰਪਾ ਕਰਨ ਸਾਰੇ ਵਿਸਾਖੀ ਦੇ ਇਸੇ ਤਰੀਕੇ ਨਾਲ ਹੀ ਸੀ ਮਨਾਉਂਦੇ ਰਹੀਏ ਸਾਡੇ ਚਾਹ ਸਾਡੀਆਂ ਰੀਜਾਂ ਪੂਰੀਆਂ ਹੁੰਦੀਆਂ ਰਹੇ। ਪ੍ਰੋਫੈਸਰ ਸਾਹਿਬ ਵੱਖ-ਵੱਖ ਧਰਮਾਂ ਦੇ ਵਿੱਚ ਵੱਖਰੇ-ਵੱਖਰੇ ਸੰਦਰਭ ਦੇ ਵਿੱਚ ਵੀ ਨਾ ਵਿਸਾਖੀ ਤੇ ਇਸ ਵਿਸਾਖ ਦੀ ਗੱਲ ਬੜੀ ਮਹੱਤਵਪੂਰਨ ਤਰੀਕੇ ਨਾਲ ਕੀਤੀ ਗਈ ਹੈ। ਸੋ ਇੱਕ ਪੱਖੋ ਵੀ ਲੈਣਾ ਚਾਹੀਦਾ। ਹਾਂਜੀ ਹਾਂਜੀ। ਜਿੱਥੇ ਅਸੀਂ ਸਿੱਖ ਧਰਮ ਦੀ ਗੱਲ ਕੀਤੀ ਹੈ ਕਿ 1600 ਦੇ ਧਰਮ ਦੀ ਵਿਸਾਖੀ ਦੀ ਅਸੀਂ ਗੱਲ ਕਰ ਹਟੇ ਆਂ। ਜੀ। ਉੱਥੇ Hindu ਧਰਮ ਦੇ ਵਿੱਚ ਵੀ ਬੜੀ ਕਮਾਲ ਦੀ ਮਾਨਤਾ ਦਿੱਤੀ ਜਾਂਦੀ ਹੈ ਵਿਸਾਖੀ ਦੇ ਤਿਉਹਾਰ ਨੂੰ। ਜੀ। ਇਸ ਦੇ ਨਾਲ ਇਹ ਵੀ ਜੋੜਿਆ ਜਾਂਦਾ ਹੈ ਕਿ ਮੰਨਿਆ ਜਾਂਦਾ ਹੈ ਲਿਖਿਆ ਹੈ ਇਸ ਦਿਨ ਮਹਾਰਿਸ਼ੀ ਪਗੀਰਥ ਜੀ ਜੀ ਸਾਡੀ ਪਵਿੱਤਰ ਗੰਗਾ ਨੂੰ ਆਕਾਸ਼ ਤੋਂ ਧਰਤੀ ਤੇ ਲੈ ਕੇ ਆਏ ਸੀ ਜੀ ਉਸ ਯਾਦ ਨੂੰ ਮਨਾਉਂਦਿਆਂ ਹਾਂ ਸਾਡੇ Hindu ਵੀਰ ਜਿੰਨੇ ਵੀ ਹੈ ਉਹ ਖਾਸ ਤੌਰ ਤੇ ਗੰਗਾ ਦੇ ਕਿਨਾਰਿਆਂ ਤੇ ਵੱਸਿਓ ਹੀ ਜਿਹਨੇ ਇਲਾਕੇ ਨੇ ਉਹ ਇਸ ਦਿਨ ਤੇ ਸੂਰਿਯਸੂਰਿ ਜਾ ਕੇ ਗੰਗਾ ਵਿੱਚ ਇਸ਼ਨਾਨ ਕਰਦੇ ਆ ਗੰਗਾ ਦੀ ਪੂਜਾ ਕਰਦੇ ਆ ਜੀ ਔਰ ਹੋਰ ਜਿਸ ਤਰ੍ਹਾਂ ਦੀ ਪੂਜਾ ਅਰਚਨਾ ਹੁੰਦੀ ਹੈ ਉਹ ਸਭ ਕਰਕੇ ਇਸਤਿਹਾਰ ਨੂੰ ਮਨਾਉਂਦੇ ਆ ਜੀ ਇਸ ਦੇ ਨਾਲ ਇੱਕ ਹੋਰ ਇਤਿਹਾਸ ਕਰਨਾ ਵੀ ਜੁੜੀ ਹੋਈ ਹੈ ਕਿ ਸਵਾਮੀ ਦਇਆਨੰਦ ਜੀ ਨੇ ਇਸ ਦਿਨ ਆਰਿਆ ਸਮਾਜ ਦੀ ਸਥਾਪਨਾ ਵੀ ਕੀਤੀ ਸੀ ਜੀ ਔਰ ਵੱਖ-ਵੱਖ ਪ੍ਰਾਂਤਾਂ ਦੇ ਵਿੱਚ ਇਹ ਵੱਖਰੀ-ਵੱਖਰੀ ਰੂਪ ਚ ਵਸਾਖੀ ਨੂੰ ਮਨਾਇਆ ਜਾਂਦਾ ਜੀ ਜਿਸ ਤਰ੍ਹਾਂ ਬੰਗਾਲ ਦੇ ਵਿੱਚ ਇਸ ਨੂੰ ਨਵਰਸ਼ ਦੇ ਤੌਰ ਤੇ ਮਨਾਇਆ ਜਾਂਦਾ ਜੀ ਉਹ ਨਵੇਂ ਸਾਲ ਦੀ ਸ਼ੁਰੂਆਤ ਇੱਕ ਵਸਖਤ ਤੋਂ ਮੰਨਦੇ ਆ ਜੀ ਔਰ ਜਿਹੜਾ ਹੈਗਾ ਆਪਣਾ ਕੇਰਲ ਹੈ ਜੀ ਕੇਰਲ ਦੇ ਵਿੱਚ ਇਸ ਨੂੰ ਵਿਸ਼ੂ ਕਿਹਾ ਜਾਂਦਾ ਹੈ ਜੀ ਔਰ ਕੇਰਲ ਵਿੱਚ ਕੀ ਹੁੰਦਾ ਕਿ ਉਸ ਐਸੇ ਦਿਨੀ ਨਵੇਂ ਸਾਲ ਦੀ ਸ਼ੁਰੂਆਤ ਮੰਨਦੇ ਆ ਉਹ ਕੀ ਕਰਦੇ ਆ ਕਿ ਰਾਤ ਨੂੰ ਪਹਿਲੀ ਰਾਤ ਜਾਨਕੀ ਚੇਤ ਮਹੀਨੇ ਦੀ ਆਖਰੀ ਰਾਤ ਜਿਹੜੀ ਹੁੰਦੀ ਹੈ ਉਸ ਰਾਤ ਇੱਕ ਥਾਲੀ ਦੇ ਵਿੱਚ ਫੁੱਲ ਫਲ ਅਨਾਜ ਸੋਨਾ ਇਹ ਸਭ ਕੁਝ ਪਾ ਕੇ ਰਾਤ ਨੂੰ ਆਪਣੇ ਦੇਵੀ ਦੇਵਤਾ ਦੀ ਪੂਜਾ ਵਾਸਤੇ ਰੱਖ ਦਿੰਦੇ ਆ ਔਰ ਕਾਮਨਾ ਕਰਦੇ ਆ ਕਿ ਸਾਲ ਦਾ ਪਹਿਲਾ ਦਿਨ ਇਨਾ ਚੀਜ਼ਾਂ ਦੇ ਦੌਰਾਨ ਆਵੇ ਔਰ ਸਾਡੇ ਘਰ ਵਿੱਚ ਨਾ ਚੀਜ਼ਾਂ ਦੀ ਕਦੇ ਕਮੀ ਨਾ ਹੋਵੇ ਇਸ ਨੂੰ ਵਿਸ਼ੂ ਕਾਨੀ ਦਾ ਨਾਮ ਦਿੰਦੇ ਆ ਅੱਛਾ ਜੀ ਇਸੇ ਤਰ੍ਹਾਂ ਜਿੰਨੇ ਵੀ ਹਿੰਦੂ ਧਰਮ ਦੇ ਵਿੱਚ ਦੇਵੀ ਦੇਵਤਿਆਂ ਦੇ ਮੰਨਣ ਵਾਲੇ ਉਹ ਸਾਰੇ ਇਸ ਦਿਨ ਨੂੰ ਬੜਾ ਖਾਸ ਤਿਉਹਾਰ ਮੰਨ ਕੇ ਦਾਣ ਦਸ਼ਨਾ ਦਿਨ ਵਿੱਚ ਬੜਾ ਯਕੀਨ ਕਰਦੇ ਕਿ ਇਸ ਦਿਨ ਦਿੱਤਾ ਹੋਇਆ ਦਾਨ ਸਾਨੂੰ ਦੂਣਾ ਚੌਗਣਾ ਹੋ ਕੇ ਮਿਲੇਗਾ ਜੀ ਜੇ ਅਸੀਂ ਬਹੁਤ ਧਰਮਾਂ ਨੂੰ ਜੋੜੀਏ ਜੀ ਦੋ ਮਾਨਤਾਵਾਂ ਬਹੁਤ ਧਰਮ ਵਿੱਚ ਮਿਲਦੀਆਂ ਜੀ ਇੱਕ ਤਾਂ ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਮਹਾਤਮਾ ਬੁੱਧ ਜੀ ਦਾ ਜਨਮ ਹੋਇਆ ਸੀ ਜੀ ਔਰ ਇੱਕ ਤਾਂ ਹੋਰ ਇਹ ਲਿਖਿਆ ਹੈ ਮੰਨਿਆ ਜਾਂਦਾ ਹੈ ਕਿ ਇਸ ਦਿਨ ਮਹਾਤਮਾ ਬੁੱਧ ਜੀ ਨੂੰ ਜੋ ਗਿਆਨ ਦੀ ਪ੍ਰਾਪਤੀ ਹੋਈ ਸੀ ਇਹ ਮੰਨਿਆ ਜਾਂਦਾ ਹੈ ਜੀ ਔਰ ਇਸ ਦੇ ਨਾਲ ਨਾਲ ਇਸਾਈ ਧਰਮ ਵੀ ਇਸ ਮਹੀਨੇ ਨੂੰ ਵਿਸ਼ੇਸ਼ ਮਹੱਤਵ ਦਿੰਦਾ ਹੈ ਜੀ ਤੁਸੀਂ ਉਹਨਾਂ ਦਾ ਇਸਟਰਡੇ ਬਾਰੇ ਸੁਣਿਆ ਹੋਵੇਗਾ ਜੀ ਜੀ ਅਪ੍ਰੈਲ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁੱਡ ਫਰਾਈਡੇ ਦਾ ਨਾਮ ਦਿੱਤਾ ਜਾਂਦਾ ਹੈ ਜੀ ਔਰ ਇਸ ਪਾਈਚਰ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਈਸਾ ਜੀ ਨੂੰ ਇਸ ਸ਼ੁੱਕਰਵਾਰ ਜਿਹੜਾ ਸ਼ਹੀਦ ਕੀਤਾ ਗਿਆ ਸੀ ਜੀ ਜੀ ਸ਼ੁਕਰ ਸ਼ਨੀ ਐਤ ਐਤ ਨੂੰ ਹੌਲੀਡੇ ਦਾ ਉਹਨਾਂ ਦਿਨ ਰੱਖ ਦਿੱਤਾ ਕਿਉਂਕਿ ਉਸ ਦਿਨ ਨੂੰ ਮੰਨਦੇ ਨੇ ਕਿ ਈਸਾ ਜੀ ਦੁਬਾਰਾ ਪ੍ਰਗਟ ਹੁੰਦੇ ਆ ਜੀ ਔਰ ਸਾਡੇ ਦੁੱਖਾਂ ਤਰਦਾਂ ਸ਼ਾਮਲ ਹੁੰਦੇ ਹੋਏ ਉਹਨਾਂ ਨੂੰ ਨਿਵਾਰਨ ਕਰਦੇ ਨੇ ਜੀ ਤਾਂ ਫਿਰ ਉਸ ਪੂਰੇ ਤਿੰਨ ਦਿਨਾਂ ਨੂੰ ਗੁੱਡ ਹੌਲੀਡੇ ਗੁੱਡ ਫਰਾਈਡੇ ਦੇ ਨਾਮ ਤੇ ਮਨਾ ਕੇ ਇਹ ਵੀ ਵਿਸਾਖ ਦੇ ਮਹੀਨੇ ਵਿੱਚ ਆਉਂਦਾ ਜੀ ਇਸ ਤਰ੍ਹਾਂ ਇਹਨਾਂ ਦਾ ਵੀ ਮਹੱਤਵ ਹੈ ਔਰ ਇਸੇ ਤਰ੍ਹਾਂ ਮੁਸਲਮਨ ਧਰਮ ਵਿੱਚ ਵੀ ਕਈ ਮਜਾਰਾਂ ਇਹੋ ਜੀਆਂ ਆ ਪਾਕਿਸਤਾਨ ਦੇ ਸਿੰਧ ਦੇ ਵਿੱਚ ਇੱਕ ਐਸੀ ਮਜਾਰਾ ਜਿੱਥੇ ਵਿਸਾਖ ਦੇ ਮਹੀਨੇ ਦੇ ਵਿੱਚ ਹੀ ਉਹਦੀ ਖਾਸ ਮੇਲੇ ਲੱਗਦੇ ਆ ਔਰ ਉਹ ਲੋਕ ਬੜੇ ਸੱਚ ਧੱਜ ਕੇ ਉੱਥੇ ਜਾਂਦੇ ਆ ਆਪਣੀ ਖਰੀਦੋ ਫਰੋਖਤ ਕਰਦੇ ਨੇ ਜੀ ਇਸ ਤਰ੍ਹਾਂ ਹਰ ਧਰਮ ਦੇ ਨਾਲ ਵਿਸਾਖੀ ਦਾ ਸੰਬੰਧ ਜੁੜਦਾ ਹੈ ਤੇ ਮੈਂ ਬੜਾ ਖੁਸ਼ ਹੁੰਦਾ ਇਸ ਗੱਲ ਤੇ ਕਿ ਸਾਡਾ ਇਹ ਜਿਹੜਾ ਤਿਉਹਾਰ ਹੈ ਸਾਡਾ ਇਤਿਹਾਸਕ ਦਿਹਾੜਾ ਹੈ ਸਾਨੂੰ ਫਿਰ ਉਹ ਹੀ ਮੈਂ ਗੱਲ ਕਰਦਾ ਕਿ ਸਮੂਹ ਭਾਈਚਾਰੇ ਨੂੰ ਇੱਕ ਪਿਆਰ ਦੇ ਬੰਧਨ ਵਿੱਚ ਬੰਨ੍ਹਦਾ ਹੈ ਇੱਕ ਏਕਤਾ ਦੇ ਵਿੱਚ ਬੰਨ੍ਹਦਾ ਹੈ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਵੱਖ ਨਹੀਂ ਆ ਸਾਡੀਆਂ ਖੁਸ਼ੀਆਂ ਇੱਕ ਨੇ ਸਾਡੀਆਂ ਗਮੀਆਂ ਇੱਕ ਨੇ ਸਾਡੇ ਚਾਹ ਸਾਡੀਆਂ ਰੀਝਾਂ ਸਾਡੇ ਉਤਸ਼ਾਹ ਇੱਕ ਨੇ ਤਾਂ ਸਾਨੂੰ ਇਹ ਤਿਉਹਾਰ ਮਾਨਵਤਾ ਦੇ ਇੱਕ ਸੂਤਰ ਵਿੱਚ ਪਰੌਂਦਾ ਹੈ ਇੱਕ ਮਾਲਾ ਦੇ ਵਿੱਚ ਇਹ ਸਾਰੇ ਮਨ ਕੇ ਫਿੱਟ ਹੋ ਕੇ ਇੱਕ ਬੜਾ ਸੋਹਣਾ ਇਹ ਮਾਲਾ ਜ ਜਿਹੜੇ ਸੋਨੇ ਫੁੱਲ ਜੁੜ ਕੇ ਗਲਦਸਤਾ ਬਣ ਜਾਂਦਾ ਜੀ ਸੋ ਇਹ ਧਰਮ ਸਾਨੂੰ ਸਦਭਾਵਨਾ ਦਾ ਸਨੇਹਾ ਦਿੰਦਾ ਜੀ ਜਿੱਥੇ ਅਸੀਂ ਧਰਮ ਦੀ ਗੱਲ ਕੀਤੀ ਜਿੱਥੇ ਵੱਖਰੇ ਵੱਖਰੇ ਪੱਖਾਂ ਦੀ ਅਸੀਂ ਗੱਲ ਕੀਤੀ ਹੈ ਉੱਥੇ ਨਾਲ-ਨਾਲ ਸਾਨੂੰ ਇਹ ਵੀ ਸਿਖਾਇਆ ਇਹਨਾਂ ਨੇ ਵੀ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਕੁਝ ਸਾਡੇ ਸਾਹਮਣੇ ਅਜਿਹੇ ਸਾਕੇ ਨੇ ਕੋਈ ਇਹੋ ਜੀ ਇਬਾਰਤ ਵੀ ਹੈ ਸਾਡੇ ਸਾਹਮਣੇ ਕਿ ਅਸੀਂ ਉਹਨਾਂ ਸੂਰਬੀਰਾਂ ਨੂੰ ਭੁੱਲ ਨਹੀਂ ਸਕਦੇ ਜਿਨ੍ਹਾਂ ਨੇ ਇਸ ਦਿਨ ਇਸ ਦਿਹਾੜੇ ਤੇ ਆਪਣੀਆਂ ਜਾਨਾਂ ਵੀ ਵਾਰੀਆਂ ਜੀ ਸੋ ਉਹ ਜਲਿਆਂ ਵਾਲੇ ਬਾਗ ਦਾ ਸਾਕਾ ਜਿਹੜਾ ਹੈ ਉਹ 1919 ਦਾ ਅਸੀਂ ਉਹ ਵੀ ਆਪਣੇ ਮਨਾਂ ਦੇ ਵਿੱਚੋਂ ਭੁਲਾ ਨਹੀਂ ਸਕਦੇ ਜੀ 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 ਉਸ ਸਾਕੇ ਨੂੰ ਯਾਦ ਕਰਦਿਆਂ ਹਾਂ ਹਰੇਕ ਜਜ਼ਬਾਤੀ ਮਨੁੱਖ ਦੀ ਅੱਖ ਭਰਦੀ ਹੈ ਨਰਜੋਤ ਜੀ ਜੀ ਸਨ 1919 ਦਾ 13 April ਦਾ ਵਿਸਾਖੀ ਵਾਲਾ ਉਹ ਦਿਨ ਜਦੋਂ ਜਲਿਆਂਵਾਲੇ ਬਾਗ ਵਿੱਚ ਨਰ ਸੰਹਾਰ ਕੀਤਾ ਗਿਆ ਮਨੁੱਖਤਾ ਦਾ ਕਾਣ ਕੀਤਾ ਗਿਆ ਔਰ ਉਹਦਾ ਪਿਛੋਕੜ ਜੇ ਅਸੀਂ ਥੋੜਾ ਜਾਨਣਾ ਚਾਹੀਏ ਤਾਂ ਹੋਇਆ ਕੀ ਸੀ ਨਵਜੋਤ ਜੀ ਅ ਇੱਕ ਅੰਗਰੇਜ਼ਾਂ ਦੇ ਵੱਲੋਂ ਇੱਕ ਐਸਾ ਕਾਨੂੰਨ ਜੀ ਜਿਸ ਨੂੰ ਰੋਲ ਟੈਕਟ ਕਿਹਾ ਜਾਂਦਾ ਹੈ ਉਹ ਪਾਸ ਕੀਤਾ ਗਿਆ ਸੀ ਜੀ ਉਸ ਕਾਨੂੰਨ ਦੇ ਵਿੱਚ ਕੀ ਸੀ ਨਵਜੋਤ ਜੀ ਕਿ ਕਿਸੇ ਵੀ ਹਿੰਦੁਸਤਾਨੀ ਨੂੰ ਦੇਸ਼ ਤ੍ਰੋਈ ਦਾ ਇਹ ਰੈਕੀਸਟ ਦਰਜ ਕੀਤਾ ਜਾ ਸਕਦਾ ਸੀ ਬਿਨਾਂ ਕਿਸੇ ਸਬੂਤ ਤੋਂ ਜੀ ਔਰ ਜ਼ੁਲਮ ਕਿ ਉਸ ਨੂੰ ਸਾਬਤ ਕਰਨ ਲਈ ਕਿਸੇ ਕੋਰਟ ਵਿੱਚ ਨਹੀਂ ਸਿਲਜਾਇਆ ਜਾਂਦਾ ਕੋਈ ਕਾਨੂੰਨੀ ਪ੍ਰਕਿਰਿਆ ਨਹੀਂ ਚਲਾਈ ਜਾਂਦੀ ਜੀ ਔਰ ਜੋ ਮਰਜ਼ੀ ਉਸ ਨੂੰ ਸਜ਼ਾ ਦਿੱਤੀ ਜਾਵੇ ਚਾਹੇ ਫਾਂਸੀ ਦੇ ਦਿੱਤੀ ਜਾਵੇ ਚਾਹੇ ਜੇਲ੍ਹਾਂ ਵਿੱਚ ਕਰਤਾ ਜਾਵੇ ਜੀ ਤਾਂ ਇਸ ਕਾਲੇ ਕਾਨੂੰਨ ਦੇ ਖਿਲਾਫ ਮਹਾਤਮਾ ਗਾਂਧੀ ਜੀ ਨੇ ਸਤਿਆਗ੍ਰਹਿ ਅੰਦੋਲਨ ਚਲਾਇਆ ਸੀ ਜੀ ਔਰ ਸਾਡੇ ਪੰਜਾਬ ਵਿੱਚ ਵੀ ਦੋ ਬੜੇ ਮਹਾਨ ਲੀਡਰ ਸਾਡੇ ਹੋਏ ਆ ਡਾਕਟਰ ਸਤਪਾਲ ਔਰ ਡਾਕਟਰ ਕਿਚਲੂ ਜੀ ਸੈਫੋਦੀਨ ਕਿਚਲੂ ਜੀ ਜੀ ਇਹਨਾਂ ਦੋਨਾਂ ਨੇ ਜਦੋਂ ਇਸ ਦੀ ਬਗਾਵਤ ਵਿੱਚ ਆਵਾਜ਼ ਉਠਾਈ ਤਾਂ ਦੋਨਾਂ ਹੀ ਲੀਡਰਾਂ ਨੂੰ ਕੈਦ ਕਰ ਲਿਆ ਗਿਆ ਸ੍ਰੀ ਅਮਰਸਰ ਸਾਹਿਬ ਜਿਹਦੇ ਲੀਡਰ ਸਨ ਜੀ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਇਹਨਾਂ ਲੀਡਰਾਂ ਨੂੰ ਬਹੁਤ ਮਾਨਤਾ ਦਿੱਤੀਆਂ ਦੀ ਲੋਕਾਂ ਨੂੰ ਬਹੁਤ ਚਾਹੁੰਦੇ ਸੀ ਬਹੁਤ ਪਿਆਰ ਕਰਦੇ ਸੀ ਜੀ ਤਾਂ ਉਹਨਾਂ ਦੀ ਗ੍ਰਿਫਤਾਰੀ ਦੇ ਖਿਲਾਫ ਜਦੋਂ ਲੋਕਾਂ ਨੇ ਅ ਅੰਦੋਲਨ ਕੀਤਾ ਉਹ ਅੰਦੋਲਨ ਕੁਝ ਹਿੰਸਕ ਵੀ ਹੋਇਆ ਕੁਝ ਥਾਮਾਂ ਤੇ ਅੱਗ ਜਣੀਆਂ ਦੇ ਘਟਨਾਵਾਂ ਹੋਈਆਂ ਜੀ ਤਾਂ ਅੰਗਰੇਜ਼ਾਂ ਨੇ ਸਖਤੀ ਹੋਰ ਵਧਾਈ ਤਾਂ ਇਹਦੇ ਖਿਲਾਫ 13 April 1919 ਨੂੰ ਜਲਿਆਂਵਾਲਾ ਬਾਗ ਵਿਖੇ ਇੱਕ ਮੀਟਿੰਗ ਰੱਖੀ ਗਈ। ਜੀ ਉਸ ਦਿਨ ਨਵਜੋਤ ਜੀ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ ਲੋਕ ਗਏ ਹੋਏ ਸੀ ਦਰਸ਼ਨ ਕਰਨ ਵਾਸਤੇ ਵਿਸਾਖੀ ਦਾ ਪੂਰਵ ਹੋਣ ਕਰਕੇ ਕੁਝ ਲੋਕ ਉੱਥੋਂ-ਉੱਥੇ ਪਹੁੰਚ ਗਏ ਕੁਝ ਉੱਥੇ ਮੀਟਿੰਗ ਹੋ ਰਹੀ ਸੀ ਤਾਂ ਜਿਹੜਾ ਜਨਰਲ ਡਾਇਰ ਸੀ ਜਿਸ ਦੀ ਡਿਊਟੀ ਉੱਥੇ ਅਮਨ ਕਾਨੂੰਨ ਦੀ ਲਈ ਗਈ ਸੀ ਉਸ ਨੇ ਬਿਨਾਂ ਕੋਈ ਵਾਰਨਿੰਗ ਦਿੱਤੇ ਜਲਿਆਂਵਾਲੇ ਬਾਗ ਦੇ ਵਿੱਚ ਜਾ ਕੇ ਲਗਾਤਾਰ 10 ਮਿੰਟ ਫਾਇਰਿੰਗ ਕਰਕੇ ਨਿੱਕੇ ਨਿੱਕੇ ਬੱਚਿਆਂ ਸਮੇਤ ਹਜ਼ਾਰਾਂ ਲੋਕਾਂ ਨੂੰ ਸ਼ਹੀਦ ਕੀਤਾ ਨਵਜੋਤ ਜੀ ਉਹ ਸਾਕੇ ਜਿਹੜਾ ਨਾ ਉਹ ਅੱਖਾਂ ਤੇ ਉਹ ਲਿਉ ਕਦੇ ਵੀ ਅਸੀਂ ਨਾ ਨਹੀਂ ਕਰ ਸਕਦੇ ਨਾ ਉਹਨੂੰ ਭੁਲਾ ਨਹੀਂ ਸਕਦੇ ਸੋ ਉਹਨਾਂ ਸ਼ਹੀਦਾਂ ਨੂੰ ਵੀ ਸਾਡੇ ਵੱਲੋਂ ਅੱਜ ਨਿੱਗੀ ਸ਼ਰਧਾਂਜਲੀ ਹੈ ਸੋ ਇਹ ਸਾਡੇ ਆਜ਼ਾਦੀ ਦੇ ਅੰਦੋਲਨ ਵਿੱਚ ਵੀ ਵਸਾਖੀ ਦੇ ਅੰਦੋਲਨ ਦਾ ਇਹ ਖਾਸ ਮਹੱਤਵ ਹੈ ਔਰ ਕਿ ਕਰਨਾ ਹੈ ਹੋਰ ਜੋੜਨਾ ਚਾਹੁੰਦਾ ਨਿੱਕੀ ਜੀ ਕਿ ਇਸ ਦਿਨ ਸਾਡੇ ਕੂਕਰ ਸੰਪਰਦਾਇ ਜੋ ਮੁਖੀ ਸਨ ਬਾਬਾ ਰਾਮ ਸਿੰਘ ਜੀ 1857 ਦੀ ਵਿਸਾਖੀ ਨੂੰ ਉਹਨਾਂ ਨੇ ਪੰਜ ਪਿਆਰ ਨੂੰ ਅਮਰਤ ਛਕਾ ਕੇ ਅੰਗਰੇਜ਼ਾਂ ਦੇ ਖਿਲਾਫ ਯੁੱਧ ਕਰਨ ਲਈ ਤੋਰਿਆ ਸੀ ਇਹ ਵੀ ਯਾਦੀ ਸੰਘਰਸ਼ ਦੇ ਵਿੱਚ ਇੱਕ ਵੱਡਾ ਯੋਗਦਾਨ ਸੀ ਜੀ ਜਿੱਥੇ ਵਿਸਾਖੀ ਦੇ ਤਿਉਹਾਰ ਦੀ ਗੱਲ ਕਰਦੇ ਆ ਉੱਥੇ ਨਾਲ ਮੇਲਿਆਂ ਦਾ ਸਰੂਪ ਵੀ ਜੁੜਦਾ ਹੈ ਜੀ ਤੇ ਅੱਜ ਦੇ ਮੇਲੇ ਜਿਹੜੇ ਨੇ ਨਾ ਉਹ ਸੋਸ਼ਲ ਮੀਡੀਆ ਕਰਕੇ ਜਾਂ ਕਹਿ ਲੋ ਕਿ ਆਪਸ ਦੇ ਵਿੱਚ ਅਸੀਂ ਇੰਨੇ ਕੁ ਜ਼ਿਆਦਾ ਉਲਝ ਗਏ ਆ ਕਿ ਉਹ ਮੇਲਿਆਂ ਦਾ ਸਰੂਪ ਕਿਤੇ ਕਿਤੇ ਥੋੜਾ ਮੰਨਫੀ ਹੋਇਆ ਲੱਗਦਾ ਹੈ ਤੋ ਉਹਦੇ ਬਾਰੇ ਸਰ ਕੀ ਕਹੋਗੇ ਕਿ ਜਿਹੜੀ ਅੱਜ ਵੀ ਇਸ ਵੇਲੇ ਦੀ ਹੁੰਦ ਹੈ ਨਾ ਅ ਨਵਜੋਤ ਜੀ ਅਸਲ ਵਿੱਚ ਮੈਂ ਸੋਚਦਾ ਕਿ ਪਦਾਰਥਵਾਦ ਨੇ ਜਿਸ ਤਰ੍ਹਾਂ ਹਰ ਪੱਖ ਤੇ ਸਾਡੇ ਜੀਵਨ ਦੇ ਹਰ ਪੱਖ ਤੇ ਪ੍ਰਭਾਵ ਪਾਇਆ ਇਸੇ ਤਰ੍ਹਾਂ ਅੱਜ ਅਸੀਂ ਕਹ ਲੋ ਸੋਸ਼ਲ ਮੀਡੀਆ ਤੇ ਜਾਂ ਸਾਡੇ ਮਨਾਂ ਦੇ ਉਚਾ ਸਾਡੇ ਉਹ ਭਾਵ ਉਹ ਰਹਿ ਨਹੀਂ ਗਏ ਅਸੀਂ ਪਦਾਰਥਵਾਦੀ ਦੌੜ ਵਿੱਚ ਇੰਨਾ ਰੁੱਝ ਗਏ ਹਾਂ ਕਿ ਸਾਡੀਆਂ ਉਹ ਅੰਦਰੀਆਂ ਜਿਹੜੀਆਂ ਜਿਹੜੇ ਚਾਹ ਸਾਰੇ ਜਜ਼ਬਾਤ ਸੀ ਨਾ ਉਹ ਥੋੜੇ ਜਿ ਮੱਠੇ ਪੈ ਗਏ ਨਵਜੋਤ ਜੀ ਜਿਹਨਾਂ ਰਾਤਾਂ ਨੂੰ ਨੀਂਦ ਹੀ ਨਾ ਆਉਣੀ ਸਵੇਰੇ ਮੇਲੇ ਜਾਂਦੇ ਹਾਂ ਹਾਂ ਬਿਲਕੁਲ 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 ਉਹ ਸਾਰਾ ਕੁਝ ਜਿਹੜਾ ਨਾ ਉਹ ਖਤਮ ਹੋ ਗਿਆ ਕਿਸਮ ਦਾ ਤੇ ਜਦੋਂ ਮਨ ਵਿੱਚ ਉਹ ਚੀਜ਼ਾਂ ਨਹੀਂ ਰਹੀਆਂ ਜਜ਼ਬਾਤ ਨਹੀਂ ਰਹੀ ਉਹ ਰੀਝਾਂ ਨਹੀਂ ਰਹੀਆਂ ਨਵਜੋਤ ਜੀ ਤਾਂ ਮੇਲੇ ਤਾਂ ਫਿੱਕੇ ਹੋਣਗੇ ਅਸੀਂ ਦੇਖਿਆ ਬਿਲਾ ਵਿੱਚ ਹਾਜ਼ਰੀ ਬਹੁਤ ਘੱਟ ਹੁੰਦੀ ਹੈ ਜੀ ਤਾਂ ਉਹ ਇਸੇ ਪਦਾਰਥਵਾਦੀ ਦੌੜ ਨੇ ਹੀ ਸਾਰਾ ਕੁਝ ਹੀ ਫਿੱਕਾ ਕਰਕੇ ਰੱਖ ਦਿੱਤਾ ਨਾ ਜੋ ਜੀ ਜਿਵੇਂ ਆਪ ਸੁਨੇਹੇ ਹੈ ਦੇ ਤੌਰ ਦੇ ਉਤੇ ਕਿਵੇਂ ਮਨਾ ਲੈਣਾ ਚਾਹੀਦਾ ਹੈ ਕਿਵੇਂ ਮੁੜ ਕੇ ਰੰਗਤ ਵਾਪਸ ਲਿਆਈਏ ਇਹਨਾਂ ਤਿਉਹਾਰਾਂ ਦੀ ਤਾਂਕਿ ਇੱਕ ਦੂਜੇ ਦੇ ਵਿੱਚ ਨਾ ਇੱਕਮਿਕ ਹੋ ਕੇ ਵੱਸਦੇ ਰਹਿਣ ਇਹ ਤਿਉਹਾਰ ਤੇ ਅਸੀਂ ਵੀ ਇੱਕ ਦੂਜੇ ਦੇ ਹਾਣੀ ਬਣ ਕੇ ਇਹਨਾਂ ਤਿਉਹਾਰਾਂ ਨੂੰ ਮਨਾਈਏ ਸਾਤ ਸਮੁੰਦਰ ਪਾਰ ਬੈਠੇ ਬੜੀ ਸ਼ਿੱਦਤ ਨਾਲ ਬੜੀ ਰੀਜ ਨਾਲ ਇਹਨਾਂ ਤਿਉਹਾਰਾਂ ਨੂੰ ਮਨਾਉਂਦੇ ਜੀ ਬਿਲਕੁਲ ਬਿਲਕੁਲ ਉਹ ਮਨਾਉਂਦੇ ਨਵਜੋਤ ਜੀ ਕਿਉਂਕਿ ਉਹ ਆਪਣੀ ਮਿੱਟੀ ਤੋਂ ਵਿਛੜੇ ਹੋਏ ਆ ਆਪਣੇ ਲੋਕਾਂ ਤੋਂ ਵਿਛੜੇ ਆਪਣੇ ਤਿਉਹਾਰਾਂ ਤੋਂ ਵਿਛੜੇ ਉਹਦੀ ਐਮਿਤ ਨੂੰ ਜਾਣ ਚੁਕੇ ਆ ਪਰ ਅਸੀਂ ਇੱਥੇ ਰਹਿੰਦੇ ਆ ਹੋਇਆ ਉਹਦੀ ਐਮਿਤ ਨੂੰ ਭੁੱਲ ਗਏ ਆ ਮੈਂ ਇਹ ਕਹਿਣਾ ਇਹੀ ਚਾਹਾਂਗਾ ਬੇਨਤੀ ਕਰਾਂਗਾ ਸਭ ਨੂੰ ਕਿ ਜਿਸ ਤਰ੍ਹਾਂ ਅਸੀਂ ਹੁਣ ਇਤਿਹਾਸਕ ਸੰਦਰਭ ਦੀ ਵੀ ਗੱਲ ਕੀਤੀ ਧਾਰਮਿਕ ਸੰਦਰਭ ਦੀ ਵੀ ਗੱਲ ਕੀਤੀ ਸਾਡਾ ਇਸ ਵਿਸਾਖੀ ਦਾ ਦਿਹਾੜਾ ਸਾਨੂੰ ਬਹੁਤ ਵੱਡੀ ਸਿੱਖਿਆ ਇਹ ਦਿੰਦਾ ਹੈ ਕਿ ਅਸੀਂ ਆਪਣੇ ਆਪ ਨੂੰ ਰਾਸ਼ਟਰੀ ਏਕਤਾ ਦੀ ਲੜੀ ਵਿੱਚ ਪਰੋਕੀ ਇੱਕ ਦੂਸਰੇ ਦੇ ਨਾਲ ਬਲਵਕੜੀਆਂ ਪਾ ਕੇ ਇੱਕ ਦੂਸਰੇ ਦੁੱਖਾਂ ਸੁੱਖਾਂ ਦੇ ਵਿੱਚ ਹਮਜ਼ੋਲੀ ਹੋ ਕੇ ਅਸੀਂ ਸਮਾਜ ਨੂੰ ਸੋਹਣਾ ਸੁੰਦਰ ਪਿਆਰਾ ਬਣਾਈਏ ਮੇਲੇ ਫਿਰ ਉਸੇ ਤਰ੍ਹਾਂ ਲੱਗਣ ਫਿਰ ਅਸੀਂ ਚਾਵਾਂ ਦੇ ਨਾਲ ਇਕੱਠੇ ਮਿਲੀਏ ਹੱਸੀਏ ਖੇਡੀਏ ਕੋਈ ਦੁੱਖ ਵੰਡਾਈਏ ਤੇ ਤਾਂ ਹੀ ਮੇਲੇ ਸਾਰਥਕ ਹੋ ਸਕਣਗੇ ਮੇਲਿਆਂ ਦੀ ਸਾਰਥਕਤਾ ਕਾਇਮ ਰਹੇਗੀ ਨਵਜੋਤ ਜੀ ਬੜਾ ਜ਼ਰੂਰੀ ਹੈ ਇੱਕ ਸਤਿਭਾਵਨਾ ਇੱਕ ਪਿਆਰ ਮੋਹ ਲੈ ਕੇ ਅਸੀਂ ਤਿਉਹਾਰਾਂ ਨੂੰ ਮਨਾਉਦੇ ਰਹੀਏ ਜੀ ਬੱਸ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇੰਨੇ ਖੁਲਾਸੇ ਦੇ ਨਾਲ ਇਸ ਪੂਰੇ ਤਿਉਹਾਰ ਨੂੰ ਲੋਕਾਂ ਤੱਕ ਪਹੁੰਚਾਇਆ ਤੁਹਾਡਾ ਆਉਣ ਤੇ ਬਹੁਤ ਬਹੁਤ ਧੰਨਵਾਦ ਔਰ ਦਰਸ਼ਕਾਂ ਨੂੰ ਵੀ ਜਾਂਦੇ ਜਾਂਦੇ ਇੱਕ ਵਾਰੀ ਫੇਰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ